ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਤਿਗੁਰ ਜੀ ਆਪ ਕਰਾਉਣ। ਆਓ ਜਿੰਨੇ ਮਾਈ ਭਾਈ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ, ਸਤਿਗੁਰ ਦੇ ਇਹਨਾਂ ਅੰਮ੍ਰਿਤ ਪਵਿੱਤਰ ਬਚਨਾਂ ਦੀ ਵਿਚਾਰ ਕਰਨ ਅਤੇ ਸੁਣਨ ਵਾਸਤੇ ਗੁਰੂ ਕੀ ਅਸੀਸ ਪ੍ਰਾਪਤ ਕਰੋ ਜੀ। ਸਭ ਅਖ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਅਖ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖ ਸੋਹੇ ਲੜਾ ਹਰ ਧਿਆਵ, ਗੁਰਮੁਖ ਹਰ ਫਲ ਪਾਵ। ਧੰਨ ਗਰੀਬ ਨਿਵਾਜ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਹ ਬੋਲ ਨੇ। ਸੋਹੇ ਲੜਾ ਦਾ ਭਾਵ ਹੈ ਸੋਹਿਲਾ, ਜਿਵੇਂ ਰਾਤ ਨੂੰ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਨੇ ਸੌਣ ਲੱਗਿਆਂ, ਬਾਣੀ ਦਾ ਨਾਂ ਹੈ ਸੋਹਿਲਾ। ਸੋਹਿਲਾ ਦਾ ਅਰਥ ਹੈ ਖੁਸ਼ੀ ਦਾ ਗੀਤ, ਖੁਸ਼ੀ ਵਿੱਚ ਆਣ ਕੇ ਬੋਲੇ ਹੋਏ ਉਹ ਅੱਖਰ। ਅਤੇ ਸੋਹੇ ਲੜਾ, ਕਿਉਂਕਿ ਸੋਹਿਲਾ ਅਤੇ ਸੋਹੇ ਲੜਾ, ਇਹ ਜਿਹੜਾ ਰਾੜਾ ਅੱਖਰ ਆ ਨਾ, ਮਗਰ ਇਹ ਜਿੱਥੇ ਜਿੱਥੇ ਵੀ ਲੱਗੇਗਾ ਇਹ ਪੰਜਾਬੀ ਦਾ ਅੱਖਰ ਬੜਾ ਮਿੱਠਾ ਪਿਆਰਾ ਹੈ, ਬੜਾ ਜ਼ਿਆਦਾ ਮਿੱਠਾ ਹੈ। ਜਿਹੜੇ ਅੱਖਰ ਦੇ ਮਗਰ ਰਾੜਾ ਲੱਗ ਗਿਆ, ਸਮਝ ਲਓ ਵੀ ਉਹ ਬਹੁਤੇ ਪਿਆਰ ਨਾਲ ਆਖਿਆ ਗਿਆ। ਜਿਵੇਂ ਮਾਂ ਆਪਣੇ ਪੁੱਤ ਨੂੰ ਆਵਾਜ਼ ਮਾਰ ਕੇ ਆਖੇ ਆ ਮੈਂ ਤੇਰਾ ਮੂੰਹ ਧੋ ਦਿਆਂ, ਫਿਰ ਹੋਰ ਪਿਆਰਾ ਪੁੱਤ ਲੱਗੇ ਅਤੇ ਕਹਿੰਦੀ ਆ ਮੈਂ ਤੇਰਾ ਮੁੱਖ ਧੋ ਦਿਆਂ, ਹੋਰ ਜ਼ਿਆਦਾ ਪਿਆਰਾ ਲੱਗੇ ਜਦੋਂ ਬੜੇ ਲਾਡ ਲੜਾਉਂਦੀ ਹੈ ਅਤੇ ਮਾਂ ਕਹਿੰਦੀ ਆ ਮੈਂ ਤੇਰਾ ਮੁੱਖੜਾ ਧੋ ਦਿਆਂ। ਉਹ ਜਿਹੜਾ ਰਾੜਾ ਬੋਲ ਕੇ ਆਖੇ ਨਾ ਤੇਰਾ ਮੁੱਖੜਾ ਧੋ ਦਿਆਂ, ਉਦੋਂ ਤਾਂ ਬਹੁਤਾ ਜ਼ਿਆਦਾ ਪਿਆਰ ਹੈ। ਸੋਹਿਲਾ ਅਰਥ ਹੈ ਖੁਸ਼ੀ ਕਾ ਗੀਤ, ਅਤੇ ਸੋਹੇ ਲੜਾ ਜਦੋਂ ਸਿੱਖ ਬਹੁਤੇ ਆਨੰਦ ਵਿੱਚ ਖੁਸ਼ੀ ਵਿੱਚ ਆ ਕੇ ਆਪਣੇ ਗੁਰੂ ਦੀ ਸਿਫਤ ਕਰਦਾ ਹੈ, ਸਿਫਤ ਸੁਣਦਾ ਹੈ, ਜਦੋਂ ਅਕਾਲ ਪੁਰਖ ਜੀ ਦੀਆਂ ਵਡਿਆਈਆਂ ਬਹੁਤੀ ਖੁਸ਼ੀ ਵਿੱਚ ਆ ਕੇ ਕਰਦਾ ਤਾਂ ਉਹਨੂੰ ਕਹਿੰਦੇ ਨੇ ਸੋਹੇ ਲੜਾ। ਔਰ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸੋਹੇ ਲੜਾ ਜਿਹੜਾ ਖੁਸ਼ੀ ਦਾ ਗੀਤ ਆ, ਬੜੇ ਚਾਅ ਨਾਲ ਗਾਓ, ਬੜੇ ਚਾਅ ਨਾਲ ਅਕਾਲ ਪੁਰਖ ਦੀ ਸਿਫਤ ਕਰੋ, ਇਹ ਸਾਰੇ ਸੁੱਖ ਦਿੰਦਾ ਹੈ। ਅਤੇ ਗੁਰਮੁਖ ਹਰ ਫਲ ਪਾਵੋ, ਜਿਹੜਾ ਜਿਹੜਾ ਅਕਾਲ ਪੁਰਖ ਦੀ ਸਿਫਤ ਬੜੇ ਚਾਅ ਨਾਲ ਕਰੇਗਾ, ਨਾਮ ਜਪੇਗਾ, ਨਾਮ ਨੂੰ ਸੁਣੇਗਾ, ਸਤਿਗੁਰ ਦੇ ਘਰ ਵਿੱਚੋਂ ਉਹਨੂੰ ਖੁਸ਼ੀਆਂ ਮਿਲਣਗੀਆਂ, ਸਤਿਗੁਰ ਦੇ ਘਰ ਵਿੱਚੋਂ ਉਹਦੇ ਦੁੱਖਾਂ ਦੀ ਨਿਵਿਰਤੀ ਹੋ ਜਾਏਗੀ। ਔਰ ਇਹ ਸ਼ੁਰੂ ਤੋਂ ਇਸ ਤਰ੍ਹਾਂ ਹੀ ਆ, ਗੁਰਬਾਣੀ ਦੁੱਖ ਕੱਟਦੀ ਹੈ, ਗੁਰਬਾਣੀ ਦੁੱਖ ਕੱਟਦੀ ਹੈ, ਨਾਮ ਦੁੱਖ ਕੱਟਦਾ ਹੈ, ਸਾਧ ਸੰਗਤ ਦੁੱਖ ਕੱਟਦੀ ਆ। ਬਸ ਗੱਲ ਇੰਨਾ ਕੁ ਆ ਵੀ ਭਰੋਸਾ ਜਿੰਨਾ ਕੁ ਹੈਗਾ ਕਿਸੇ ਨੂੰ ਉਨਾ ਕੁ ਬਾਣੀ ਅਸਰ ਕਰਦੀ ਹੈ, ਜਿੰਨਾ ਕੁ ਕਿਸੇ ਨੂੰ ਵਿਸ਼ਵਾਸ ਆ। ਕੁਝ ਲੋਕ ਇਹ ਤਰਕ ਕਰਦੇ ਆ, ਉਹ ਤਰਕ ਕਰਦੇ ਆ ਵੀ ਜੇ ਗੁਰਬਾਣੀ ਦੁੱਖ ਕੱਟਦੀ ਹੋਵੇ ਤਾਂ ਗੁਰੂ ਸਾਹਿਬ ਨੇ ਆਪਣੇ ਵੇਲੇ ਫਿਰ ਵੈਦਖਾਨੇ ਕਿਉਂ ਖੋਲ੍ਹੇ, ਜਿਹਨਾਂ ਨੂੰ ਅਸੀਂ ਹਸਪਿਟਲ ਕਹਿੰਦੇ ਹਾਂ। ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਵੀ ਹਸਪਤਾਲ ਖੋਲ੍ਹਿਆ, ਅੰਮ੍ਰਿਤਸਰ ਵੀ ਖੋਲ੍ਹਿਆ, ਲਾਹੌਰ ਵੀ ਖੋਲ੍ਹਿਆ, ਅਤੇ ਬੜੀਆਂ ਦਵਾਈਆਂ ਅਤੇ ਬੜੇ ਬੜੇ ਸਿਆਣੇ ਡਾਕਟਰ ਜਿਹੜੇ ਉਸ ਵੇਲੇ ਦੇ ਵੈਦ ਹੀ ਕਹਿੰਦੇ ਸੀ ਉਹ ਰੱਖੇ, ਉਹਨਾਂ ਅਸਥਾਨਾਂ ਵੱਲ ਉਂਗਲ ਕਰਕੇ ਜਿਨ੍ਹਾਂ ਨੂੰ ਸਮਝ ਨਹੀਂ ਲੱਗਦੀ, ਉਹ ਕਹਿੰਦੇ ਆ ਜੇ ਗੁਰਬਾਣੀ
ਦੁੱਖ ਕੱਟਦੀ ਹੋਵੇ ਤਾਂ ਫਿਰ ਗੁਰੂ ਅਰਜਨ ਦੇਵ ਜੀ ਨੇ ਉਹ ਹਸਪਤਾਲ ਕਿਉਂ ਖੋਲ੍ਹੇ? ਜਿੰਨੀ ਕੁ ਉਹਨਾਂ ਦੀ ਮਾਤਾ ਉਨੀ ਕੁ ਉਹ ਗੱਲ ਕਰਦੇ ਆ। ਉਹ ਹਸਪਤਾਲ ਖੋਲ੍ਹਣੇ ਜ਼ਰੂਰੀ ਸੀ, ਉਹ ਇਸ ਕਰਕੇ ਜ਼ਰੂਰੀ ਸੀ, ਹਰ ਬੰਦੇ ਨੂੰ 100 'ਚੋਂ 100% ਹੀ ਗੁਰੂ ਦੀ ਗੱਲ 'ਤੇ ਯਕੀਨ ਨਹੀਂ ਹੁੰਦਾ। ਕਈ ਬਾਣੀ ਪੜ੍ਹਨ ਲੱਗਿਆਂ ਕਹਿੰਦੇ ਆ ਚਲੋ ਪੜ੍ਹੋ ਬਾਣੀ ਜੇ ਫਰਕ ਪੈ ਹੀ ਜਾਵੇ ਕਿਤੇ, ਚਲੋ ਚਲੀਏ ਸਾਧ ਸੰਗਤ ਵਿੱਚ, ਹੋ ਸਕਦਾ ਕਿਤੇ ਸਾਡੀ ਸੁਣੀ ਜਾਵੇ, ਆਹ ਜਿਹੜੇ ਡਾਵਾਂ ਡੋਲ ਨੇ ਨਾ, ਹੋ ਸਕਦਾ ਕਿਤੇ ਸਾਨੂੰ ਫਰਕ ਪੈ ਹੀ ਜਾਵੇ। ਉਹਨਾਂ ਨੂੰ ਫਿਰ ਹਸਪਤਾਲ ਵਿੱਚ ਵੀ ਜਾਣਾ ਹੀ ਪੈਂਦਾ। ਉਹ ਫਿਰ ਉਹਨਾਂ ਵਾਸਤੇ ਉਹ ਖੋਲ੍ਹੇ ਸੀ, ਨਹੀਂ ਤਾਂ ਗੁਰਬਾਣੀ ਗੁਰੂ ਕੇ ਸਿੱਖਾਂ ਨੇ ਦੁੱਖ ਵੀ ਆਏ, ਮੁਸ਼ਕਲਾਂ ਵੀ ਆਈਆਂ, ਹਸਪਤਾਲ ਵਿੱਚ ਵੀ ਗਏ, ਦਵਾਈਆਂ ਵੀ ਖਾਧੀਆਂ, ਪਰ ਲੋਕਾਂ ਵਾਂਗੂ ਰੋਏ ਨਹੀਂ, ਲੋਕਾਂ ਵਾਂਗੂ ਪਰੇਸ਼ਾਨ ਨਹੀਂ ਹੋਏ। ਪਤਾ ਨਹੀਂ ਸਾਨੂੰ ਕਿੰਨੇ ਕਰਤਾ ਜੀ, ਪਤਾ ਨਹੀਂ ਸਾਡੇ ਬੱਚੇ ਨੂੰ ਕਿੰਨੇ ਕੁਝ ਕਰਤਾ, ਪਤਾ ਨਹੀਂ ਸਾਡੇ ਜੀ ਨੂੰ ਕਿੰਨੇ ਕੁਝ ਕਰ ਦਿੱਤਾ। ਇਹ ਗੁਰਸਿੱਖਾਂ ਦੀ ਵਡਿਆਈ ਆ, ਦੁੱਖ ਆਵੇ ਦਵਾਈ ਵੀ ਲੈਣੀ ਆ, ਹਸਪਤਾਲ ਵੀ ਜਾਣਾ, ਅਤੇ ਟੇਕ ਗੁਰੂ ਕੀ ਰੱਖਣੀ ਆ, ਗੁਰੂ ਕੀ ਬਾਣੀ ਦੀ ਟੇਕ ਰੱਖਣੀ ਆ, ਤਾਂ ਗੁਰਸਿੱਖਾਂ ਦੀ ਵੱਡੀ ਵਡਿਆਈ ਲਿਖੀ ਹੋਈ ਆ ਬਾਣੀ ਵਿੱਚ। ਇਹ ਦੁਨੀਆਦਾਰਾਂ ਵਾਲੇ ਕੰਮ ਨਹੀਂ ਕਰਦੇ, ਜਿਹੜੀ ਵੀ ਗੱਲ ਆਵੇ ਸਿਰ ਝੁਕਾ ਕੇ ਉਹਨੂੰ ਸਿਰ ਮੱਥੇ ਪ੍ਰਵਾਨ ਕਰਦੇ ਨੇ ਅਤੇ ਸ਼ੁਕਰਾਨਾ ਆਪਣੇ ਸਤਿਗੁਰ ਦਾ ਹੀ ਕਰਦੇ ਨੇ। ਤਾਂ ਕਰਕੇ ਗੁਰੂ ਅਰਜਨ ਦੇਵ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ ਸੁੱਖਾਂ ਦਾ ਗੀਤ ਗਾਓ, ਉਹ ਗੀਤ ਗਾਓ ਜਿਹਦੇ ਨਾਲ ਸੁੱਖ ਮਿਲਦਾ ਅਤੇ ਦੁੱਖ ਟੁੱਟਦੇ ਨੇ। ਉਹ ਗੀਤ ਕੀ ਹੈ? ਮਹਾਰਾਜ ਕਹਿੰਦੇ ਜਦੋਂ ਭਗਤ ਲੋਕ, ਬੰਦਗੀ ਵਾਲੇ ਲੋਕ ਉੱਚੀ ਉੱਚੀ ਚਾਅ ਦੇ ਨਾਲ ਗਾਉਂਦੇ ਨੇ ਅਤੇ ਜਿਹਨਾਂ ਲੋਕਾਂ ਨੂੰ ਸਮਝ ਨਹੀਂ ਉਹ ਕਹਿੰਦੇ ਖਰਿਆ ਕੀ ਗਾਉਂਦੇ ਆ, ਇਹ ਪਤਾ ਨਹੀਂ ਕਿਹੜੇ ਗਾਣੇ ਗਾਈ ਜਾਂਦੇ ਆ, ਸੰਗਤ ਵਿੱਚ ਜਾ ਕੇ ਇਹਨਾਂ ਕੋਲ ਆਰਾਮ ਨਾਲ ਨਹੀਂ ਬੈਠਾ ਜਾਂਦਾ? ਮਹਾਰਾਜ ਕਹਿੰਦੇ ਸਾਨੂੰ ਵੀ ਕਹਿੰਦੇ ਹੁੰਦੇ ਸੀ, ਪਰ ਅਸੀਂ ਜਵਾਬ ਦਿੱਤਾ ਲੋਕਾਂ ਨੂੰ ਵੀ ਲੋਕ ਜਾਣਾ ਇਹ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ, ਲੋਕਾਂ ਨੂੰ ਕੀ ਪਤਾ ਵੀ ਇਹ ਕੀ ਗਾਉਂਦੇ ਆ, ਪਰ ਤੁਸੀਂ ਸੰਗਤ ਵਿੱਚ ਆ ਕੇ ਤਾਂ ਬੜੇ ਪ੍ਰੇਮ ਰਸ ਨਾਲ ਗਾਵੋ, ਵਾਹਿਗੁਰੂ 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 ਵਾਹਿਗੁਰੂ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਾਹਿਬਜ਼ਾਦਾ ਸ੍ਰੀ ਹਰਗੋਬਿੰਦ ਸਾਹਿਬ ਜੀ ਠੀਕ ਨਹੀਂ ਸਨ, ਬਹੁਤ ਜ਼ਿਆਦਾ ਬੁਖਾਰ ਹੋ ਗਿਆ, ਬਹੁਤ ਜ਼ਿਆਦਾ ਚੇਚਕ ਨੇ ਹਮਲਾ ਕੀਤਾ, ਜਿਹਨੂੰ ਕੋਈ ਕਹਿੰਦੇ ਮਾਤਾ ਆ ਗਈ ਜਾਂ ਜੋ ਵੀ ਆ ਗਿਆ, ਅਸੀਂ ਉਹਨਾਂ ਗੱਲਾਂ ਵੱਲ ਨਹੀਂ ਜਾਣਾ, ਡਾਕਟਰ ਲੋਕ ਕਹਿੰਦੇ ਨੇ ਚੇਚਕ ਦੀ ਬਿਮਾਰੀ। ਅਤੇ ਇੰਨਾ ਜ਼ਿਆਦਾ ਸ੍ਰੀ ਹਰਗੋਬਿੰਦ ਸਾਹਿਬ ਜੀ ਬਿਮਾਰ ਹੋ ਗਏ ਕਿ ਅੱਖਾਂ ਵੀ ਨਹੀਂ ਸੀ ਉੱਗੜਦੀਆਂ, ਅਤੇ ਮਾਤਾ ਗੰਗਾ ਜੀ ਬਹੁਤ ਪਰੇਸ਼ਾਨ ਨੇ। ਅਤੇ ਇਤਿਹਾਸ ਦੇ ਬੋਲ ਨੇ, ਲੋਕਾਂ ਨੇ ਆਖਿਆ ਕਿ ਮੰਦਰ ਵਿੱਚ ਜਾਈਏ ਅਤੇ ਉੱਥੇ ਜਾ ਕੇ ਸੀਤਲਾ ਦੀ ਪੂਜਾ ਕਰੀਏ, ਬੱਚੇ ਨੂੰ ਕਿਤੇ ਠੰਡ ਪਵੇ। ਅਤੇ ਮਾਂ ਸੀ, ਮਾਤਾ ਜੀ ਨੇ ਆਖਿਆ ਹਾਂ ਚਾਹੁੰਦੀ ਤਾਂ ਮੈਂ ਵੀ ਹਾਂ ਵੀ ਮੇਰੇ ਪੁੱਤ ਨੂੰ ਠੰਡ ਪਵੇ, ਬਹੁਤ ਜ਼ਿਆਦਾ ਬੁਖਾਰ ਹੋ ਗਿਆ, ਮੇਰੇ ਕੋਲੋਂ ਵੇਖਿਆ ਨਹੀਂ ਜਾਂਦਾ, ਮਾਵਾਂ ਕੋਲੋਂ ਕਿੱਥੇ ਬੱਚੇ ਵੇਖੇ ਜਾਂਦੇ ਆ, ਮੇਰੇ ਕੋਲੋਂ ਵੇਖਿਆ ਨਹੀਂ ਜਾਂਦਾ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਗੱਲ ਗਈ, ਗਰੀਬ ਨਿਵਾਜ ਜੀ ਕਹਿੰਦੇ ਨੇ ਇਹ ਸੀਤਲਾ ਨੇ ਦੁੱਖ ਘੱਲਿਆ ਵਾ, ਇਹ ਉਹਦੇ ਕਹਿਣ 'ਤੇ ਮੇਰਾ ਪੁੱਤ ਬਿਮਾਰ ਹੋਇਆ ਵਾ, ਜਾਂ ਉਹਨੇ ਮੈਨੂੰ ਪੁੱਤ ਦਿੱਤਾ ਵਾ ਜਿਹੜਾ ਮੈਂ ਉਹਦੇ ਅੱਗੇ ਹੱਥ ਜੋੜਨ ਜਾਵਾਂ ਵੀ ਮੇਰੇ ਪੁੱਤ ਨੂੰ ਬਚਾਓ। ਮਹਾਰਾਜ ਕਹਿੰਦੇ ਨੇ ਜਿਹਨੇ ਮੈਨੂੰ ਪੁੱਤ ਦਿੱਤਾ ਵਾ ਮੈਂ ਉਹਨੂੰ ਉਹਦੇ ਅੱਗੇ ਹੱਥ ਜੋੜਾਂਗਾ,
ਅਤੇ ਜਾਂ ਉਹਨਾਂ ਗੁਰਮੁਖਾਂ ਨੂੰ ਕਹਾਂਗਾ ਮੇਰੇ ਪੁੱਤ ਦੀ ਅਰਦਾਸ ਕਰੋ ਜਿਨ੍ਹਾਂ ਦੀ ਅਰਦਾਸ ਨਾਲ ਮੇਰੇ ਘਰ ਪੁੱਤ ਪੈਦਾ ਹੋਇਆ। ਭਾਵ ਕਿ ਉਹ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਮਹਾਰਾਜ ਕਹਿੰਦੇ ਨੇ ਇਹਨਾਂ ਸਿੱਖਾਂ ਵਰਗਾ ਮੇਰੇ ਵਾਸਤੇ ਦੇਵਤਾ ਕੋਈ ਨਹੀਂ ਅਤੇ ਇਹਨਾਂ ਦੀ ਅਰਦਾਸ ਵਰਗਾ ਮੇਰੇ ਵਾਸਤੇ ਇਲਾਜ ਕੋਈ ਨਹੀਂ। ਜਿਹੜੀ ਵੈਦ ਦਵਾਈ ਦਿੰਦੇ ਨੇ ਉਹ ਸਾਹਿਬਜ਼ਾਦੇ ਨੂੰ ਦੇ ਦਿਓ, ਪਰ ਸਭ ਤੋਂ ਵੱਡੀ ਦਵਾਈ ਇਹ ਆ ਵੀ ਸੰਗਤ ਵਿੱਚ ਬਹਿ ਕੇ ਜਪੋ ਵਾਹਿਗੁਰੂ 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 ਵਾਹਿਗੁਰੂ। ਕਿਤੇ ਲੱਸੀ ਨਹੀਂ ਪਾਈ, ਕਿਤੇ ਰੱਖ ਨਹੀਂ ਰੱਖੀ, ਅਤੇ ਥੋੜ੍ਹੀ ਜਿਹੀ ਦਵਾਈ ਅਤੇ ਵੱਡੀ ਦਵਾਈ ਆ ਜਿਹੜੀ ਨਾਮ ਦੀ ਸਰਬ ਰੋਗ ਕਾ ਔਖਦ ਨਾਮ, ਇਹ ਦਵਾਈ ਦਾ ਇਲਾਜ ਕੀਤਾ। ਅਤੇ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦਾ ਜਦੋਂ ਬਿਲਕੁਲ ਠੀਕ ਹੋ ਗਿਆ ਅਤੇ ਮਹਾਰਾਜ ਨੂੰ ਆਖਿਆ ਗਰੀਬ ਨਵਾਜ ਜੀ ਸਾਹਿਬਜ਼ਾਦਾ ਠੀਕ ਹੋ ਗਿਆ, ਦਵਾਈ ਅਸਰ ਕਰ ਗਈ ਆ। ਮਹਾਰਾਜ ਕਹਿੰਦੇ ਨੇ ਫਿਰ ਗਲਤੀ ਕਰਦੇ ਹੋ, ਦਵਾਈ ਤਾਂ ਉਦੋਂ ਅਸਰ ਕਰਦੀ ਆ ਜਦੋਂ ਪਰਮੇਸ਼ੁਰ ਕਿਸੇ ਦੀ ਮਦਦ ਕਰੇ। ਜਦੋਂ ਜਿੰਨਾ ਚਿਰ ਮਹਾਰਾਜ ਮਦਦ ਨਾ ਕਰਨ ਉਨਾ ਚਿਰ ਤਾਂ ਦਵਾਈ ਵੀ ਨਹੀਂ ਲੱਗਦੀ। ਫਿਰ ਗਰੀਬ ਨਵਾਜ ਜੀ ਨੇ ਕਲਮ ਫੜ ਕੇ ਸ਼ਬਦ ਲਿਖਿਆ, ਮਹਾਰਾਜ ਕਹਿੰਦੇ ਕਿਸੇ ਦਵਾਈ ਦਵੂਈ ਨੇ ਮੇਰੇ ਪੁੱਤ ਦੀ ਜਾਨ ਨਹੀਂ ਬਚਾਈ, ਨਾ ਕੋਈ ਸੀਤਲਾ ਵਾਲਾ ਇੱਥੇ ਚੱਕਰ ਹੀ ਸੀ। ਗਰੀਬ ਨਵਾਜ ਜੀ ਕਹਿੰਦੇ ਨੇ ਸੀਤਲਾ 'ਤੇ ਰੱਖਿਆ ਵਿਵਹਾਰੀ, ਵਿਵਹਾਰੀ ਦਾ ਪਾਪ ਹੈ ਉਹ ਕਰਤਾ ਪੁਰਖ ਜਿਹਦੀ ਕਿਰਪਾ ਦੇ ਨਾਲ ਸਾਰੇ ਜੀਅ ਪੈਦਾ ਹੋਏ ਨੇ ਅਤੇ ਜਿਨ੍ਹਾਂ ਦੀ ਉਹ ਪ੍ਰਤਪਾਲਣਾ ਕਰਦਾ। ਇੱਕ ਅਕਾਲ ਪੁਰਖ ਤੋਂ ਬਿਨਾਂ ਨਾ ਕਿਸੇ ਨੂੰ ਕੋਈ ਰੱਖ ਸਕਦਾ ਅਤੇ ਨਾ ਕੋਈ ਕਿਸੇ ਨੂੰ ਮਾਰ ਸਕਦਾ। ਤੱਤੀ ਵਾਰ ਨਹੀਂ ਲੱਗ ਸਕਦੀ ਉਹਨਾਂ ਚਿਰ ਜਿੰਨਾ ਚਿਰ ਉਹ ਸਮਰੱਥ ਗੁਰੂ ਸਿਰ 'ਤੇ ਬੈਠਾ ਹੋਇਆ। ਇਹ ਤਾਂ ਮਾਰੇ ਕਹਿੰਦੇ ਨੇ ਗ੍ਰਿਸਤੀ ਲੋਕਵਾਂ ਅਸੀਂ ਆਉਣਾ ਪਾਉਣਾ ਪਈਆਂ ਰਹਿੰਦੀਆਂ ਨੇ। ਨਾਮ ਅਤੇ ਸਾਧ ਸੰਗਤ ਦੀ ਵਡਿਆਈ ਕਰਕੇ ਗੁਰੂ ਅਰਜਨ ਦੇਵ ਜੀ ਨੇ ਆਖਿਆ ਸੰਗਤ ਨੇ ਮੇਰੇ ਪੁੱਤ ਨੂੰ ਬਚਾਇਆ ਵਾ, ਨਾਮ ਨੇ ਮੇਰੇ ਪੁੱਤ ਨੂੰ ਬਚਾਇਆ, ਹੋਰ ਨਹੀਂ। ਮੈਂ ਹੁਣੇ ਇੱਕ ਅਰਦਾਸ ਕੀਤੀ ਆ ਗੁਰੂ ਸਾਹਿਬ ਦੇ ਚਰਨਾਂ 'ਚ, ਇੱਕ ਛੋਟੀ ਜਿਹੀ ਬੱਚੀ ਠੀਕ ਨਹੀਂ, ਬਹੁਤ ਜ਼ਿਆਦਾ ਸੀਰੀਅਸ ਸੀ, ਪਰ ਸਾਧ ਸੰਗਤ ਨੇ ਬੜੀ ਬਾਣੀ ਪੜ੍ਹੀ ਵਿਦੇਸ਼ ਵਿੱਚ ਉੱਥੇ ਆਸਟ੍ਰੇਲੀਆ, ਅਤੇ ਸੰਗਤ ਨੇ ਬੜੀਆਂ ਅਰਦਾਸਾਂ ਕੀਤੀਆਂ, ਬਾਣੀ ਪੜ੍ਹੀ, ਅਤੇ ਸੰਗਤ ਦੀ ਅਰਦਾਸ ਮਹਾਰਾਜ ਨੇ ਮੰਨ ਲਈ ਆ। ਕਿਉਂਕਿ ਇਲਾਜ ਕਰਦਿਆਂ ਕਰਦਿਆਂ ਤਾਂ ਉਹਦੀ ਹਾਲਾਤ ਹੋਰ ਵਿਗੜਦੀ ਸੀ, ਪਰ ਜਦੋਂ ਸੰਗਤ ਮਦਦ ਕਰਨ ਵਾਸਤੇ ਆਵੇ ਤਾਂ ਗੁਰੂ ਸਾਹਿਬ ਜੀ ਨੂੰ ਮੰਨਣਾ ਪੈਂਦਾ। ਉਹ ਬੱਚੀ ਹੁਣ ਠੀਕ ਆ, ਐਵੇਂ ਥੋੜ੍ਹੀ ਜਿਹੀ ਗੱਲ ਰਹਿ ਗਈ ਆ, ਅਤੇ ਅੱਜ ਜਿੰਨੇ ਜਣੇ ਤੁਸੀਂ ਬੈਠੇ ਹੋ ਮੈਂ ਤੁਹਾਡੇ ਚਰਨਾਂ 'ਚ ਵੀ ਬੇਨਤੀ ਕਰੂੰਗਾ ਕਿ ਥੋੜ੍ਹਾ ਜਿਹਾ ਨਾਮ ਜਪ ਕੇ ਅਤੇ ਆਪਣੇ ਮਨ ਵਿੱਚ ਕਹਿ ਦੇਣਾ ਵੀ ਮਹਾਰਾਜ ਜੀ ਉਹ ਬੱਚੀ ਨੂੰ ਤੰਦਰੁਸਤੀ ਮਿਲੇ, ਕਿਉਂਕਿ ਸਾਧ ਸੰਗਤ ਦੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਨਹੀਂ ਮੋੜਦੇ। ਥੋੜ੍ਹਾ ਜਿਹਾ ਜਪ ਕੇ ਅਤੇ ਆਪਣੇ ਮਨ ਵਿੱਚ ਕਹਿ ਦਿਓ ਆਪਣੇ ਆਪ ਵੀ ਵਾਹਿਗੁਰੂ 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 ਪ੍ਰਭ ਖੰਡ ਰੋਗ ਰੋਗੀ ਕਾ ਪ੍ਰਭ ਖੰਡ ਰੋਗ
का प्रभ खंड हो रोग, रोगी का प्रभ खंड हो रोग, दुखिए का मिटाव प्रभ सोग, दुखिए का मिटाव प्रभ सोग, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹਦੇ ਵਿੱਚ ਸਰਬੱਤ 'ਚ ਇਕੱਲੀ ਉਹ ਬੱਚੀ ਨਹੀਂ ਆਈ, ਮੇਰੀ ਬੇਟੀ ਵੀ ਨਹੀਂ ਠੀਕ ਬਾਹਰ, ਉਹਦਾ ਵੀ ਰਾਤੀ ਫੋਨ ਆਇਆ ਸੀ ਵੀ ਮੈਂ ਠੀਕ ਨਹੀਂ, ਹੋਰ ਵੀ ਇੱਥੇ ਇੱਕ ਮੇਰਾ ਵੀਰ ਸਾਹਮਣੇ ਬੈਠਾ ਉਹਦੀ ਵੀ ਬੇਟੀ ਨਹੀਂ ਠੀਕ, ਇੱਦਾਂ ਕਰਕੇ ਹੋਰ ਵੀ ਕਿਸੇ ਦਾ ਬੱਚਾ ਢਿੱਲਾ ਮੱਠਾ ਹੋ ਸਕਦਾ। ਇਹ ਕੋਈ ਅਰਦਾਸ ਕਰਕੇ ਕਿਸੇ ਸਿਰ ਸਹਾਣ ਨਹੀਂ, ਗੁਰੂ ਕੇ ਸਿੱਖ ਪਰਉਪਕਾਰੀ ਹੁੰਦੇ ਆ। ਅਤੇ ਮਹਾਰਾਜ ਅੱਗੇ ਜਦੋਂ ਅਸੀਂ ਸਾਂਝੀ ਅਰਦਾਸ ਕਰਦੇ ਹਾਂ ਸਾਰਿਆਂ ਦੇ ਬੱਚਿਆਂ ਦਾ ਮਾਰੇ ਭਲਾ ਕਰਨ, ਕਿਸੇ ਦੇ ਬੱਚੇ ਨੂੰ ਤੱਤੀ ਵਾਹ ਨਾ ਲੱਗੇ, ਬੱਚੇ ਤੰਦਰੁਸਤ ਰਹਿਣ ਅਤੇ ਮਾਪੇ ਆਪੇ ਤੰਦਰੁਸਤ ਨੇ। ਇਸ ਕਰਕੇ ਫਿਰ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਗੁਰੂ ਕੀ ਸੰਗਤ ਕਰ ਸਕਦੀ ਆ ਉਹ ਕੋਈ ਡਾਕਟਰ ਨਹੀਂ ਕਰ ਸਕਦਾ, ਉਹ ਕੋਈ ਦਵਾਈ ਨਹੀਂ ਕਰ ਸਕਦੀ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਆਓ ਮੇਰੇ ਪਿਆਰਿਓ, ਸੁਖ ਸੋਹ ਲੜਾ ਹਰ ਧਿਆਵੋ, ਗੁਰਮੁਖ ਹਲ ਫਲ ਪਾਵੋ। ਕੀ ਫਲ ਮਿਲੇਗਾ? ਮਹਾਰਾਜ ਜੀ ਅੱਗੇ ਦੱਸ ਰਹੇ ਹਨ, ਗੁਰਮੁਖ ਫਲ ਪਾਵੋ, ਹਰ ਨਾਮ ਧਿਆਵੋ, ਜਨਮ ਜਨਮ ਕੇ ਦੁੱਖ ਨਿਵਾਰੇ। ਮਹਾਰਾਜ ਕਹਿੰਦੇ ਨੇ ਸੰਗਤ ਵਿੱਚ ਬਹਿ ਕੇ ਨਾਮ ਜਪੋ ਅਤੇ ਇਹਦਾ ਫਲ ਤੁਹਾਨੂੰ ਸਤਿਗੁਰ ਦੇ ਘਰੋਂ ਇਹ ਮਿਲੂਗਾ। ਵੀ ਜਿਹੜੇ ਕਈ ਜਨਮਾਂ 'ਚ ਭਟਕਦੇ ਆਉਂਦੇ ਹਾਂ ਨਾ, ਕਦੀ ਕੋਈ ਜੂਨ 'ਚ ਪੈ ਜਾਂਦੇ ਹਾਂ, ਕਦੀ ਕੋਈ ਜੂਨ ਵਿੱਚ ਪੈ ਜਾਂਦੇ ਹਾਂ, ਇਹ ਸਾਰਿਆਂ ਦੀ ਕਹਾਣੀ ਮੁੱਕ ਜਾਏਗੀ। ਇਸ ਤੋਂ ਬਾਅਦ ਵਿੱਚ ਕਿਸੇ ਦੁੱਖਾਂ ਭਰੀ ਜੂਨ ਵਿੱਚ ਨਹੀਂ ਪੈਣਾ ਪਵੇਗਾ, ਸਤਿਗੁਰ ਜੀ ਆਪਣੇ ਚਰਨਾਂ ਵਿੱਚ ਸਦਾ ਵਾਸਤੇ ਰੱਖ ਲੈਣਗੇ। ਭਾਈ ਸਦਕੇ ਜਾਓ ਆਪਣੇ ਸਤਿਗੁਰ ਤੋਂ। ਇੱਕ ਕੰਮ ਵਾਸਤੇ ਨਾਮ ਜਪਣਾ ਸ਼ੁਰੂ ਕੀਤਾ ਸੀ ਗੁਰੂ ਸਾਹਿਬ ਨੇ, ਬਾਕੀ ਆਪਣੇ ਆਪ ਹੀ ਸਵਾਰ ਦਿੱਤੇ ਆ। ਇਹ ਨਾਮ ਦੀ ਵਡਿਆਈ ਆ, ਕਿਸੇ ਦਾ ਇੱਕ ਕੰਮ ਨਹੀਂ ਸੌਰਦਾ। ਇੱਕ ਕੰਮ ਵਾਸਤੇ ਸ਼ੁਰੂ ਕਰ ਦਿਓ। ਮਹਾਰਾਜ ਜਦੋਂ ਕਿਸੇ ਦੀ ਮਦਦ ਕਰਦੇ ਨੇ, ਅੱਛਾ ਇਹ ਕਈ ਵਾਰੀ ਜ਼ਿੰਦਗੀ ਦਾ ਤਜਰਬਾ, ਜੇ ਜਦੋਂ ਕਿਸੇ ਦਾ ਮਾੜਾ ਸਮਾਂ ਚੱਲ ਰਿਹਾ ਹੋਵੇ ਤਾਂ ਉਹਦਾ ਇੱਕ ਕੰਮ ਨਹੀਂ ਵਿਗੜਦਾ, ਉਹ ਜਿੱਧਰ ਨੂੰ ਜਾਂਦਾ ਉਹਦੇ ਸਾਰੇ ਕੰਮ ਵਿਗੜ ਜਾਂਦੇ। ਮੇਰੇ ਨਾਲੋਂ ਵੱਡੀ ਉਮਰ ਦੇ ਬੈਠੇ ਹੋਏ ਹੋ, ਤੁਹਾਨੂੰ ਜ਼ਿਆਦਾ ਪਤਾ ਵਾ, ਮੈਂ ਵੀ ਆਪਣੀ ਜ਼ਿੰਦਗੀ 'ਤੇ ਕੁਝ ਸਮਾਂ ਇੱਦਾਂ ਦਾ ਹੰਢਾਇਆ ਵਾ, ਜਿਹੜੀ ਚੀਜ਼ ਨੂੰ ਹੱਥ ਪਾਉਂਦੇ ਸਾਂ ਉਹ ਹੀ ਖਤਮ, ਜਿਹੜੀ ਨੂੰ ਹੱਥ ਪਾਉਂਦੇ ਸਾਂ ਉਹ ਖਤਮ। ਇਹ ਮਾੜੇ ਸਮੇਂ ਦੀ ਨਿਸ਼ਾਨੀ ਆ। ਅਤੇ ਜਿੱਦਣ ਮਹਾਰਾਜ ਮਦਦ ਕਰਦੇ ਨੇ ਉਦਣ ਤਾਂ ਕਿਸੇ ਦੇ ਭੁੱਜੇ ਮੋਠ ਵੀ ਜਾ ਕੇ ਪੈਲੀ 'ਚ ਬੀਜ ਆਵੇ ਅਤੇ ਉਹ ਵੀ ਉੱਗ ਪੈਂਦੇ ਆ। ਬਸ ਇਹੀ ਆ ਵੀ ਹਰ ਵੇਲੇ ਕਹਿੰਦੇ ਰਹੀਏ, ਮਾੜੇ ਸਮੇਂ ਦਾ ਪਤਾ ਕੋਈ ਨਹੀਂ ਕਿਹੜੇ ਵੇਲੇ ਸਾਹਮਣੇ ਆ ਜਾਏ। ਉਸ ਸਮੇਂ ਤੋਂ ਬਚਣ ਵਾਸਤੇ ਗੁਰੂ ਦੀ ਸਿਫਤ ਕਰਨੀ ਬੜੀ ਜ਼ਰੂਰੀ ਆ ਅਤੇ ਸਤਿਗੁਰ ਦੀ ਸਿਫਤ ਕੰਨਾਂ ਨਾਲ ਸੁਣਨੀ ਬੜੀ ਜ਼ਰੂਰੀ ਆ। ਮਹਾਰਾਜ ਕਹਿੰਦੇ ਨੇ ਜੇ ਇਹ ਰੂਟੀਨ ਚੱਲਦੀ ਰਹੇ ਤਾਂ ਫਿਰ ਗੁਰਮੁਖ ਫਲ ਪਾਵੋ, ਹਰ ਨਾਮ ਧਿਆਵੋ, ਜਨਮ ਜਨਮ ਕੇ ਦੁੱਖ ਨਿਵਾਰੇ, ਬਲਹਾਰੀ ਗੁਰ ਆਪਣੇ ਵਿੱਚੋਂ ਜਿਨ ਕਾਰਜ ਸਭ ਸਵਾਰੇ। ਇੱਕ ਅੱਧੇ ਕੰਮ ਦੀ ਅਰਦਾਸ ਕੀਤੀ ਸੀ ਪਰ ਮੈਂ ਸਦਕੇ ਜਾਵਾਂ ਆਪਣੇ ਗੁਰੂ ਤੋਂ, ਇਹਨੇ ਤਾਂ ਮੇਰੇ ਸਾਰੇ ਕੰਮ ਕਰ ਦਿੱਤੇ, ਕੋਈ ਮੇਰੇ ਕੰਮ ਊਣਾ ਨਹੀਂ ਰਹਿਣ ਦਿੱਤਾ। ਅੱਗੇ ਸਰਵਣ ਕਰੋ, ਮਾਰੇ ਕਹਿੰਦੇ ਨੇ ਕਰਤਾ ਪੁਰਖ ਜੀ ਤੁਹਾਡੇ 'ਤੇ ਕਿਰਪਾ ਕਰਨਗੇ, ਤੁਸੀਂ ਜੱਪੀ ਚੱਲੋ।
ਜਨ ਪਾਵੋ। ਮਹਾਰਾਜ ਜੀ ਕਿਰਪਾ ਇਹ ਕਰਨਗੇ ਵੀ ਸਾਰੇ ਪਾਸੇ ਸੁੱਖ ਵਰਤਾ ਦੇਣਗੇ ਸਾਰੇ ਪਾਸੇ। ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਵੀ ਗੁਰਮੁਖ ਦਾ ਹਿਰਦਾ ਕਮਲ ਦੇ ਫੁੱਲ ਵਾਂਗੂ ਖਿੜ ਜਾਂਦਾ ਹੈ। ਉਹਦਾ ਪਤਾ ਕਿਉਂ ਫੁੱਲ ਦੀ ਉਦਾਹਰਨ ਦਿੰਦੇ ਨੇ ਮਹਾਰਾਜ ਜੀ? ਫੁੱਲ ਦੀ ਉਦਾਹਰਨ ਇਸ ਕਰਕੇ ਦਿੰਦੇ ਨੇ ਵੀ ਜਦੋਂ ਫੁੱਲ ਖਿੜਦਾ, ਫੁੱਲ ਭਾਵੇਂ ਕੋਈ ਵੀ ਹੋਵੇ, ਜਦੋਂ ਖਿੜ ਗਿਆ ਤੁਸੀਂ ਧਿਆਨ ਨਾਲ ਵੇਖ ਲਿਓ, ਕਦੀ ਨਹੀਂ ਹੋਊਗਾ ਵੀ ਫੁੱਲ ਦਾ ਸੱਜਾ ਪਾਸਾ ਖਿੜ ਗਿਆ ਅਤੇ ਖੱਬਾ ਅਜੇ ਰਹਿੰਦਾ, ਕਦੀ ਨਹੀਂ ਹੋਊਗਾ। ਉਹ ਜਦੋਂ ਖਿੜੂਗਾ ਆਲੇ ਦੁਆਲਿਓਂ ਪੂਰੇ ਦਾ ਪੂਰਾ ਹੀ ਖਿੜੇਗਾ। ਪਰ ਇਹ ਕਹਿੰਦੇ ਨੇ ਤੁਸੀਂ ਨਾਮ ਦੀ ਆਰਾਧਨਾ ਕਰੀ ਚੱਲੋ, ਜਿੱਦਣ ਮਹਾਰਾਜ ਜੀ ਮਦਦ ਕਰਨਗੇ ਤੁਹਾਡਾ ਇੱਕ ਅੱਧਾ ਕੰਮ ਨਹੀਂ ਹੋਣਾ, ਸਾਰੇ ਦੇ ਸਾਰੇ ਹੀ ਹੋ ਜਾਣੇ ਆ। ਕਿਸੇ ਵੀ ਕੰਮ ਵਾਲੇ ਪਾਸਿਓਂ ਕੋਈ ਕੂਣਾ ਨਹੀਂ ਰਹਿੰਦਾ। ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਨੇ, ਮੈਂ ਤਾਂ ਹੋਕਾ ਦੇ ਦੇ ਕੇ ਕਹਿੰਦਾ, ਹੋਰ ਕਿਤੇ ਕੋਈ ਪ੍ਰਬੰਧ ਨਹੀਂ ਜੇ ਹੋ ਸਕਦਾ, ਹੋਰ ਕੋਈ ਕਿਸੇ ਦੀ ਬਾਂਹ ਨਹੀਂ ਫੜ ਸਕਦਾ, ਇੱਕੋ ਹੀ ਥਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਦਿੱਤੀ ਹੋਈ ਆ, ਨਾ ਸਾਧ ਸੰਗਤ ਵਿੱਚੋਂ ਕਿਸੇ ਨੂੰ ਕੋਈ ਉਠਾ ਸਕਦਾ, ਨਾ ਕੋਈ ਕਿਸੇ ਨੂੰ ਪੁੱਛ ਸਕਦਾ ਵੀ ਤੂੰ ਕਿੱਧਰ ਆਇਆ। ਇਹ ਤਾਂ ਇੱਦਾਂ ਦੀ ਥਾਂ ਵਾ ਵੀ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕਉ ਸਾਂਝਾ, ਗੁਰਮੁਖ ਨਾਮ ਜਪੈ ਸੋ ਉਧਰੈ, ਕੱਲ ਮੈਂ ਘੱਟ ਘੱਟ ਨਾਨਕ ਮਾਝਾ। ਕਲਯੁੱਗ ਦੇ ਵਿੱਚ ਇਹ ਤੋਂ ਉੱਤੇ ਥਾਂ ਕੋਈ ਨਹੀਂ ਸੁੱਖ ਲੈਣ ਵਾਲਾ। ਇਸ ਸੰਗਤ ਵਿੱਚ ਆ ਕੇ ਜਪੀ ਚਲੋ, ਮਹਾਰਾਜ ਜੀ ਕਹਿੰਦੇ ਨੇ ਜਿਹੜੇ ਸੰਗਤ ਵਿੱਚ ਆ ਕੇ ਗੁਰੂ ਕੀ ਸਿਫਤ ਸੁਣਦੇ ਨੇ, ਉਹ ਸੁਣਦਿਆਂ ਸੁਣਦਿਆਂ ਉਹਨਾਂ ਦੇ ਹਿਰਦੇ ਨਾਮ ਰਸ ਦੇ ਨਾਲ ਭਿੱਜ ਜਾਣਗੇ। ਭਿੱਜ ਤਾਂ ਮਤਲਬ ਹੁੰਦਾ ਜਿਹੜਾ ਚੰਗੀ ਤਰ੍ਹਾਂ ਭਰ ਜਾਵੇ, ਜਿਹੜਾ ਕਿਸੇ ਚੀਜ਼ ਨਾਲ ਲਿਬੜ ਜਾਵੇ। ਮਾਰੇ ਕਹਿੰਦੇ ਨੇ ਤੁਹਾਡੇ ਹਿਰਦੇ ਸ਼ੁਭ ਗੁਣ ਨਾਲ ਭਰ ਜਾਣਗੇ, ਨਾਮ ਰਸ ਦੇ ਨਾਲ ਅੰਦਰੋਂ ਭਰੇ ਜਾਓਗੇ। ਬਸ ਕਰਨਾ ਇਹ ਆ ਵੀ ਗੁਰੂ ਕੀ ਮਤ ਵਰਤਣੀ ਆ, ਮਨ ਮਤ ਨਹੀਂ ਕਰਨੀ। ਜਿੱਧਰੋਂ ਗੁਰੂ ਸਾਹਿਬ ਨੇ ਰੋਕਿਆ ਉੱਧਰੋਂ ਰੁਕੇ ਰਹੋ, ਗੁਰੂ ਕੀ ਰਹਿਤ ਰੱਖੋ ਤਗੜੇ ਹੋ ਕੇ, ਨਾਮ ਜਪੋ। ਮਾਰੇ ਕਹਿੰਦੇ ਨੇ ਹਿਰਦਾ ਪ੍ਰੇਮ ਰਸ ਸੁੱਖਾਂ ਦੇ ਨਾਲ ਭਰ ਜਾਏਗਾ। ਮਾਰੇ ਕਹਿੰਦੇ ਤੁਸੀਂ ਤੇ ਸਦਕੇ ਜਾਓ ਜਿੰਨਾ ਵੀ ਜਾਇਆ ਜਾ ਸਕਦਾ, ਕਿਉਂਕਿ ਇਹ ਗੁਰੂ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਭਾਗ ਚੰਗੇ ਹੋਣ। ਹਰੀ ਸਾਰੀ ਨੂੰ ਇੱਦਾਂ ਦਾ ਗੁਰੂ ਨਹੀਂ ਮਿਲਦਾ, ਅਤੇ ਦੁਨੀਆ 'ਤੇ ਉੱਦਾਂ ਖੁਸ਼ ਰਹਿੰਦੀ ਆ। ਬਾਹਰ ਜਦੋਂ ਕੋਈ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਂਦੇ ਤਾਂ ਉਹ ਵੀ ਲੋਕ ਬੜੇ ਖੁਸ਼ ਰਹਿੰਦੇ ਆ, ਪਰ ਕੋਈ ਕੋਈ ਗੁਰਮੁਖ ਜਿਨ੍ਹਾਂ ਨੂੰ ਅਕਲ ਵਾਲਾ, ਜਿਨ੍ਹਾਂ ਨੂੰ ਸੋਝੀ ਮਿਲ ਗਈ ਆ ਭਈ ਇੱਥੇ ਆਉਣ ਨਾਲ ਵਹਿਮ ਭਰਮ ਛੁੱਟਦੇ ਨੇ, ਇੱਥੇ ਕੋਈ ਪਾਉਂਦਾ ਨਹੀਂ ਸਗੋਂ, ਅਤੇ ਜਿੰਨੀ ਪਤਾ ਨਹੀਂ ਕੀ ਹੋਇਆ। ਕਬੀਰ ਸਾਹਿਬ ਜੀ ਕਹਿੰਦੇ ਨੇ, ਮੈਂ ਦੁਨੀਆ ਵੱਲ ਵੇਖ ਵੇਖ ਕੇ ਹੈਰਾਨ ਆ, ਜਿਹੜੇ ਖੂਹ ਵਿੱਚੋਂ ਡਿੱਗਣਾ ਸੀ ਉਸੇ ਖੂਹ ਵਿੱਚ ਛਾਲਾਂ ਮਾਰ ਮਾਰ ਲੋਕ ਵੜਦੇ ਜਾਂਦੇ। ਉਹ ਇਹ ਗੱਲ ਕਹਿੰਦੇ ਆ ਵੀ ਜੇ ਕਰਨੀ ਹੋਵੇ ਸ਼ਰਮਿੰਦਾ ਸਾਈ ਅਵਿਦਿਆ ਸਾਧੀ, ਜਿਨ੍ਹਾਂ ਕੰਮਾਂ ਨਾਲ ਦਰਗਾਹ ਵਿੱਚ ਬੰਦੇ ਨੇ ਸ਼ਰਮਿੰਦਾ ਹੋਣਾ ਸੀ ਉਹ ਕੰਮ ਛੱਡਣੇ ਸੀ, ਅਤੇ ਸਗੋਂ ਬੰਦਾ ਨੱਠ ਨੱਠ ਕੇ ਉਹ ਕੰਮ ਕਰਦਾ। ਉੱਥੇ ਸ਼ਰਮਿੰਦਿਆ ਉਸ ਬੰਦੇ ਨੂੰ ਹੋਣਾ ਪੈਂਦਾ ਜਿਹੜਾ ਪੂਰਾ ਸਤਿਗੁਰੂ ਅਤੇ ਅਕਾਲ ਪੁਰਖ ਦੀ ਉਪਾਸਨਾ ਨੂੰ ਛੱਡ ਕੇ ਅਤੇ ਹੋਰ ਹੋਰ ਕੰਮ ਕਰਦਾ ਫਿਰਦਾ। ਅਤੇ ਬਲਹਾਰੇ ਜਾਓ, ਮਹਾਰਾਜ ਕਹਿੰਦੇ ਵੱਡੇ ਭਾਗਾਂ ਵਾਲੇ ਉਹ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੂੰ ਐਸਾ ਗੁਰੂ ਮਿਲ ਗਿਆ। ਇਸ ਗੁਰੂ ਨੇ ਜਨਮ ਅਤੇ ਮਰਨ ਦਾ ਜਿਹੜਾ ਡਰ ਵਾ ਉਹ ਗੁਰਸਿੱਖਾਂ ਦੇ ਅੰਦਰੋਂ ਕੱਢ ਦੇਣਾ ਹੈ ਜੀ। ਅਸਲ ਵਿੱਚ ਫਿਰ ਸੁਰਤ ਉਸ ਬੰਦੇ ਦੀ ਜੁੜਦੀ ਆ ਨਾਮ ਦੇ ਵਿੱਚ,
ਜਿਹਦੇ ਅੰਦਰੋਂ ਦੁਰਮਤ ਖਤਮ ਹੋ ਜਾਏ। ਦੁਰਮਤ ਦੋ ਰਾਹਾਂ ਵੱਲ ਧਿਆਨ, ਗੁਰਦੁਆਰੇ ਵੱਲ ਵੀ ਧਿਆਨ ਅਤੇ ਕਿਸੇ ਸਿਆਣੇ ਮਿਆਣੇ ਵੱਲ ਵੀ ਧਿਆਨ। ਸਾਧ ਸੰਗਤ ਦਾ ਆਸਰਾ ਵੀ ਲੈਣਾ ਵਾ ਅਤੇ ਵਿੱਚ ਵਿੱਚ ਹੋਰ ਗੱਲਾਂ ਵੀ ਹੈਗੀਆਂ ਨੇ। ਉਹਦੀ ਸੁਰਤ ਪੱਕੀ ਨਹੀਂ ਜੁੜ ਸਕਦੀ, ਉਹ ਜੋ ਸਾਰੀ ਜ਼ਿੰਦਗੀ ਲੰਘ ਜੂਗੀ ਆਉਂਦਿਆਂ ਨੂੰ, ਅਤੇ ਉਹਦੇ ਅੰਦਰ ਆਨੰਦ ਵੀ ਨਹੀਂ ਬਣ ਸਕਦਾ ਕਿਉਂਕਿ ਖਸਮ 'ਤੇ ਭਰੋਸਾ ਨਹੀਂ, ਵਿਸ਼ਵਾਸ ਨਹੀਂ ਹੈਗਾ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਸੰਗਤ ਵਿੱਚ ਆਉਂਦਿਆਂ ਆਉਂਦਿਆਂ ਚੰਗੇ ਨੇ ਉਹ ਲੋਕ ਜਿਨ੍ਹਾਂ ਦੇ ਸਾਰੇ ਆਸਰੇ ਮੁੱਕ ਗਏ ਨੇ। ਇੱਕ ਸਾਧ ਸੰਗਤ ਆਸਰਾ ਰਹਿ ਗਈ ਅਤੇ ਇੱਕ ਸਾਧ ਸੰਗਤ ਦਾ ਮਾਲਕ ਸਤਿਗੁਰੂ ਆਸਰਾ ਰਹਿ ਗਿਆ। ਉਹਨਾਂ ਦੇ ਅੰਦਰੋਂ ਖੋਟੀ ਮਤ ਦੂਰ ਹੋ ਗਈ, ਚੰਗੇ ਗੁਣ ਪੈਦਾ ਹੋ ਗਏ ਹਨ। ਮਾਰੇ ਕਹਿੰਦੇ ਵੀ ਕਿਸੇ ਦੇ ਵੱਸ ਦੀ ਗੱਲ ਨਹੀਂ ਵੀ ਕੋਈ ਚੰਗੇ ਗੁਣ ਆਪਣੇ ਅੰਦਰ ਪੈਦਾ ਕਰ ਲਏ ਜਾਂ ਆਪਣੇ ਅੰਦਰ ਵਿਸ਼ਵਾਸ ਬਣਾ ਕੇ ਆਪ ਬਹਿ ਜੇ ਜਾਂ ਗੁਰੂ ਕਾ ਪਿਆਰ ਆਪਣੇ ਹਿਰਦੇ ਵਿੱਚ ਰੱਖੇ। ਮਾਰੇ ਕਹਿੰਦੇ ਨੇ ਆਪਣਾ ਪਿਆਰ ਆਪੇ ਲਾਏ, ਸੰਗਤ ਵਿੱਚ ਆਈ ਜਾਣਾ, ਅਰਦਾਸ ਕਰੀ ਜਾਣੀ। ਜਿਹਦਾ ਆਇਆ ਹੋਇਆ ਗੁਰੂ ਸਾਹਿਬ ਨੂੰ ਪਸੰਦ ਆ ਗਿਆ, ਭਾਵ ਕਿ ਕੋ ਕਿੱਡੀ ਕੁ ਇਕਾਗਰਤਾ ਦੇ ਨਾਲ ਸੁਣ ਰਿਹਾ, ਕਿੰਨਾ ਕੁ ਧਿਆਨ ਆ ਕਿਸੇ ਦਾ ਸ਼ਬਦ ਦੇ ਵਿੱਚ ਅਤੇ ਕਿੰਨਾ ਕੁ ਗੁਰੂ ਕੀ ਗੱਲ 'ਤੇ ਵਿਸ਼ਵਾਸ ਕਰਦਾ ਕੋਈ। ਜਿੰਨਾ ਕੁ ਕਿਸੇ ਨੂੰ ਵਿਸ਼ਵਾਸ ਆਏਗਾ ਉਨਾ ਮਹਾਰਾਜ ਨੂੰ ਪਸੰਦ ਆ ਜਾਏਗਾ, ਅਤੇ ਜਿਹੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਸੰਦ ਆ ਜਾਣਗੇ, ਮਾਰੇ ਕਹਿੰਦੇ ਉਹਨਾਂ ਦੇ ਅੰਦਰ ਐਸੀ ਕਿਰਪਾ ਕਰਨਗੇ ਗੁਰੂ ਸਾਹਿਬ ਕਿ ਉਹਨਾਂ ਨੂੰ ਜਪਣਾ ਵੀ ਨਹੀਂ ਪੈਣਾ। ਮਾਰੇ ਕਹਿੰਦੇ ਨੇ ਅੰਦਰੋਂ ਹੀ ਅਵਸਥਾ ਮਹਾਰਾਜ ਨੇ ਇੱਦਾਂ ਦੀ ਬਣਾ ਦੇਣੀ ਵੀ ਹਰ ਵੇਲੇ ਹੀ ਉਹਨਾਂ ਦੇ ਅੰਦਰ ਚੱਲਦਾ ਰਹਿਣਾ ਨਾਮ, ਹਰ ਵੇਲੇ ਉਹਨਾਂ ਦੇ ਅੰਦਰ ਭਗਤੀ ਵਾਲੇ ਗੁਣ ਪੈਦਾ ਹੁੰਦੇ ਰਹਿਣਗੇ। ਇਸ ਕਰਕੇ ਇਹ ਮਨ ਸੰਗਤ ਵਿੱਚ ਆ ਕੇ ਗੁਰੂ ਕੀ ਸਿਫਤ ਨੂੰ ਸੁਣ, ਤੇਰਾ ਮਨ ਭਿੱਜ ਜਾਏਗਾ ਉਹਦੇ ਨਾਮ ਰਸ ਵਿੱਚ ਅਤੇ ਸਹਿਜ ਅਵਸਥਾ ਵਿੱਚ ਆ ਜਾਏਗਾ, ਕਦੀ ਡਾਵਾਂ ਡੋਲ ਨਹੀਂ ਹੋਏਗਾ। ਯੁੱਗ ਦਾ ਭਾਵ ਹੈ ਇਹ ਸਮਾਂ, ਜਿਹੜੇ ਸਮੇਂ ਵਿੱਚ ਅਸੀਂ ਜੀ ਰਹੇ ਹਾਂ ਸਾਡੇ ਕੋਲ ਉਹੀ ਟਾਈਮ ਆ ਜਿੰਨੇ ਟਾਈਮ ਸਾਡੇ ਸਵਾਸ ਚੱਲਦੇ ਆ। ਨਾ ਸਾਨੂੰ ਸਤਿਯੁਗ ਦਾ ਪਤਾ, ਨਾ ਤ੍ਰੇਤੇ ਦਾ, ਨਾ ਦੁਆਪਰ ਦਾ, ਨਾ ਕਲਯੁੱਗ ਦਾ। ਸਾਡੇ ਕੋਲ ਕਿਹੜਾ ਯੁੱਗ ਵਾ? ਜਿਹੜੇ ਯੁੱਗ ਵਿੱਚ ਅਸੀਂ ਜੀ ਰਹੇ ਹਾਂ ਇਹ ਟਾਈਮ ਆ ਸਾਡੇ ਕੋਲ। ਅਤੇ ਮਾਰੇ ਕਹਿੰਦੇ ਨੇ ਇਹ ਗੱਲ ਦਾ ਤੁਸੀਂ ਧਿਆਨ ਰੱਖਿਓ ਵੀ ਯੁੱਗ ਮੈਂ ਰਾਮ ਨਾਮ ਨਿਸਤਾਰਾ। ਜਿਹੜੇ ਸਮੇਂ ਵਿੱਚ ਤੁਸੀਂ ਜ਼ਿੰਦਗੀ ਜੀ ਰਹੇ ਹੋ ਨਾ, ਤੁਹਾਡੀ ਉਮਰ ਲੰਘ ਰਹੀ ਆ, ਇਸ ਸਮੇਂ ਵਿੱਚ ਕੇਵਲ ਪਰਮਾਤਮਾ ਦੇ ਨਾਮ ਨਾਲ ਹੀ ਬੇੜੀ ਪਾਰ ਹੋਣੀ ਆ, ਹੋਰ ਕੋਈ ਵੀ ਤੌਰ ਤਰੀਕਾ ਕੰਮ ਨਹੀਂ ਆਏਗਾ। ਅਤੇ ਉਹ ਬੰਦੇ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਗੁਰ 'ਤੇ ਉਪਜਾ, ਕੀ ਉਪਜਾ? ਸਤਿਗੁਰ ਦੇ ਘਰ ਆਉਂਦਿਆਂ ਆਉਂਦਿਆਂ ਜਿਨ੍ਹਾਂ ਦੇ ਅੰਦਰ ਗੁਰਮੁਖਤਾਈ ਪੈਦਾ ਹੋ ਗਈ, ਕੀ ਉਪਜਣਾ ਵਾ? ਗੁਰਮੁਖਤਾਈ ਉਪਜੇਗੀ। ਉਹ ਕਿੱਦਾਂ ਉਪਜੇਗੀ? ਜਿਵੇਂ ਮਹਾਰਾਜ ਜੀ ਦਾ ਬੋਲ ਆ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਂ ਅਤੇ ਪਿਓ ਦੇ ਮਿਲਾਪ ਤੋਂ ਬਿਨਾਂ ਬੱਚਾ ਪੈਦਾ ਨਹੀਂ ਹੋ ਸਕਦਾ, ਠੀਕ ਇਸੇ ਤਰ੍ਹਾਂ ਗੁਰਮੁਖ ਪੁੱਤ ਨੇ ਅੰਦਰੋਂ ਪੈਦਾ ਹੋਣਾ ਵਾ। ਅਤੇ ਉਹ ਗੁਰਮੁਖ ਪੁੱਤ ਅੰਦਰੋਂ ਕਿੱਦਾਂ ਪੈਦਾ ਹੋਏਗਾ? ਮਾਰੇ ਕਹਿੰਦੇ ਨੇ ਸਾਧ ਸੰਗਤ ਮਾਂ ਹੈ ਅਤੇ ਗੁਰੂ ਕਾ ਸ਼ਬਦ ਜਿਹੜਾ ਉਹ ਪਿਤਾ ਹੈ, ਅਤੇ ਸਾਧ ਸੰਗਤ ਅਤੇ ਸ਼ਬਦ ਦੇ ਵਿੱਚ ਜਿੰਨਾ ਚਿਰ ਬੰਦਾ ਗੁੜੋ 'ਚ ਨਹੀਂ ਨਾ ਹੋ ਜਾਂਦਾ ਵੀ ਸੰਗਤ ਵਿੱਚ ਆਵੇ ਅਤੇ ਪਿਛਲਾ ਥਾਂ ਉਹਨੂੰ ਭੁੱਲ ਹੀ ਜਾਵੇ ਵੀ ਮੈਂ ਕਿੱਥੋਂ ਆਇਆ। ਇੰਨੀ ਪ੍ਰੀਤ ਜਦੋਂ ਅੰਦਰ ਪੈਦਾ ਹੋਊਗੀ ਅਤੇ ਪਿਓ ਹੋਊਗਾ ਸ਼ਬਦ ਅਤੇ ਮਾਂ ਹੋਊਗੀ ਸਾਧ ਸੰਗਤ, ਜਿਹੜਾ ਇਹਦੇ ਵਿੱਚ ਰੋਜ਼ ਆਣ ਕੇ ਨਿੱਠ ਕੇ ਤਸੱਲੀ ਨਾਲ ਬਹੂਗਾ, ਇੱਕ ਦਿਨ ਉਹਦੇ ਘਰ ਪੁੱਤ ਪੈਦਾ ਹੋਊਗਾ ਅਤੇ ਉਸ ਪੁੱਤ ਦਾ ਨਾਂ ਹੋਊਗਾ ਗੁਰਮੁਖਤਾਈ।
ਉਸ ਗੁਰਮੁਖ ਦੀ ਸਿਫਤ ਸਾਰੇ ਬਾਣੀ ਵਿੱਚ ਕੀਤੀ ਹੋਈ ਆ। ਗੁਰਮੁਖ ਨਾਦਮ, ਗੁਰਮੁਖ ਵੇਦਮ, ਗੁਰਮੁਖ ਰਹਿਆ ਸਮਾਈ, ਉਹ ਤੇ ਸਾਰੀ ਬਾਣੀ ਵਿੱਚ ਫਿਰ ਗੁਰਮੁਖ ਦੀ ਸਿਫਤ ਕੀਤੀ ਗਈ ਆ। ਗਰੀਬ ਨਵਾਜ ਜੀ ਕਹਿੰਦੇ ਨੇ ਗੁਰ ਤੇ ਉਪਜਾ, ਇਹ ਚੀਜ਼ਾਂ ਸਤਿਗੁਰ ਦੇ ਘਰ ਵਿੱਚੋਂ ਪੈਦਾ ਹੋਣੀਆਂ ਨੇ। ਸ਼ਬਦ ਵਿਚਾਰਾ, ਸ਼ਬਦ ਦੀ ਵਿਚਾਰ ਨਾਲ ਜੁੜਨ ਕਰਕੇ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ। ਇਹ ਜਿਹੜੀ ਸਤਿਗੁਰ ਦੇ ਸ਼ਬਦ ਦੀ ਵਿਚਾਰ ਆ ਜਾਂ ਨਾਮ ਨਾਲ ਪਿਆਰ ਪੈ ਜਾਣਾ, ਮਹਾਰੇ ਕਹਿੰਦੇ ਨੇ ਕੋਈ ਆਪਣੀ ਅਕਲ ਸਿਆਣਪ ਵਰਤੇ ਤਾਂ ਉਹਨੂੰ ਨਹੀਂ ਇਹ ਚੀਜ਼ਾਂ ਮਿਲਦੀਆਂ, ਬਿਲਕੁਲ ਨਹੀਂ ਮਿਲਦੀਆਂ, ਭਾਵੇਂ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਏ। ਇਹ ਤੇ ਜਿਸ ਕਿਰਪਾ ਕਰੇ ਸੋ ਪਾਏ, ਜਿਹਦੇ ਉੱਤੇ ਮਹਾਰਾਜ ਕਿਰਪਾ ਕਰਨਗੇ। ਇੱਥੇ ਦੋ ਗੱਲਾਂ ਆ ਜਾਂਦੀਆਂ। ਇਸ ਮਹਾਰਾਜ ਜੀ ਕੀ ਕਿਹਾ ਭਲਾ, ਵੀ ਆਪਣੇ ਆਪ ਨਹੀਂ ਕੋਲ ਆ ਸਕਦਾ, ਕੋਈ ਸੰਗਤ ਵਿੱਚ ਆਵੇ ਹੀ ਨਾ, ਕੋਈ ਗੁਰੂ ਕੀ ਗੱਲ ਸੁਣ ਕੇ ਰਾਜ਼ੀ ਨਾ ਹੋਵੇ ਅਤੇ ਉਹਦੇ 'ਤੇ ਗੁਰੂ ਕੀ ਕਿਰਪਾ ਕਿੱਦਾਂ ਵਰਸੇਗੀ। ਬਹੁਤ ਜ਼ਿਆਦਾ ਗੱਲਾਂ ਨੇ ਜਦੋਂ ਕਦੀ ਕਦੀ ਕੋਈ ਗੁਰਸਿੱਖ ਸੰਗਤ ਵਿੱਚ ਆਉਂਦਾ ਅਤੇ ਉਹ ਬਾਹਰ ਪੁੱਛਦਾ ਵੀ ਇਸ ਗੱਲ ਦਾ ਅਰਥ ਆਹ ਸੀ, ਸਾਨੂੰ ਤਾਂ ਪਤਾ ਹੀ ਨਹੀਂ ਸੀ। ਮੈਂ ਕਿਹਾ ਜੀ ਇਹ ਪਤਾ ਕਿਸੇ ਘਰ ਬੈਠਿਆਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ, ਘਰ ਬੈਠਿਆਂ ਕੋਈ ਵੀ ਸਿਆਣਾ ਨਹੀਂ ਹੁੰਦਾ। ਜਿੰਨੀ ਜਿੰਨੀ ਕੋਈ ਸੰਗਤ ਕਰਦਾ ਓਨੀ ਓਨੀ ਅਕਲ ਮਤ ਮਹਾਰਾਜ ਜੀ ਦੇਈ ਜਾਂਦੇ ਨੇ। ਜਿਹੜੇ ਰੂਹਾਂ ਜਿਹੜੀਆਂ ਆਕੜ ਕੇ ਬੈਠੀਆਂ ਹੋਈਆਂ, ਸਾਨੂੰ ਗੁਰਦੁਆਰੇ ਜਾਣ ਦੀ ਲੋੜ ਹੀ ਨਹੀਂ, ਨਾ ਬਾਣੀ ਪੜ੍ਹਨ ਦੀ ਲੋੜ ਆ, ਨਾ ਕਿਸੇ ਕੋਲੋਂ ਸਿੱਖਿਆ ਲੈਣ ਦੀ ਲੋੜ ਆ, ਉਹਨਾਂ ਦੇ ਅੰਦਰ ਇਹ ਸ਼ੁੱਭ ਗੁਣ ਕਿੱਦਾਂ ਪੈਦਾ ਹੋ ਜਾਣਗੇ ਅਤੇ ਉਹ ਗੁਰੂ ਸਾਹਿਬ ਜੀ ਨੂੰ ਪਿਆਰੇ ਕਿੱਦਾਂ ਲੱਗਣਗੇ। ਪਿਆਰੇ ਤਾਂ ਉਹ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਖਿਆ ਹਾਲਤ ਭਾਵੇਂ ਜਿੱਦਾਂ ਦੀ ਮਰਜ਼ੀ ਹੋਵੇ, ਦਿਨ ਵਿਚਾਰ ਮੌਸਮ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ, ਜਿਹੜਾ ਹਰ ਗੱਲ ਨੂੰ ਠੋਕਰ ਮਾਰ ਕੇ ਪਰਾਂ ਕਰਕੇ ਮੇਰਾ ਦਰਸ਼ਨ ਕਰਨ ਵਾਸਤੇ ਆ ਜਾਂਦਾ ਉਹ ਮੇਰਾ ਪਿਆਰਾ ਹੈ। ਝੱਖਰ ਝਾਗੀ ਮੀਂਹੋ ਵਰਸੈ, ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ ਫਰੀਦਾ, ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭੀਜੈ ਕਮਲੀ ਰਹਾਂ ਤਾਂ ਟੁੱਟੈ ਨੇ ਹੋ। ਦੱਸੋ ਹੁਣ ਫਿਰ ਕੀ ਕਰੀਏ, ਜੇ ਮੈਂ ਤੁਰਦਾ ਵਾਂ ਤਾਂ ਕੱਪੜੇ ਭਿੱਜਦੇ ਆ, ਅਤੇ ਜੇ ਮੈਂ ਰਹਿੰਦਾ ਵਾਂ ਵੀ ਚੱਲ ਬੈਠੇ ਰਹਿੰਦੇ ਹਾਂ ਅਤੇ ਪਿਆਰ ਟੁੱਟਦਾ, ਦੱਸੋ ਕੀ ਕਰੀਏ। ਅਤੇ ਜਿਹੜੇ ਆਸ਼ਿਕ ਨੇ ਉਹਨਾਂ ਨੇ ਆਖਿਆ ਭਿੱਜੋ ਸਿੱਜੋ ਕਮਲੀ ਅੱਲਾਹ ਵਰਸਹ ਨੇ ਹੋ, ਜਾਏ ਮਿਲਾਂ ਤਿੰਨਾ ਸੱਜਣਾ ਟੁੱਟੈ ਨਾਹੀ ਨੇ ਹੋ। ਉਹਨਾਂ ਨੇ ਆਖਿਆ ਜੋ ਹੁੰਦਾ ਸੋ ਹੋਣ ਦਿਓ, ਸੱਜਣ ਨੂੰ ਜ਼ਰੂਰ ਮਿਲਣਾ ਹੈ ਜਾ ਕੇ। ਔਰ ਜਦੋਂ ਇੰਨੀਆਂ ਔਖਿਆਈਆਂ ਵਾਲਾ ਸਫ਼ਰ ਕੱਟ ਕੇ ਉਹ ਆਉਂਦੇ ਆ ਅਤੇ ਮਹਾਰਾਜ ਨੂੰ ਸਾਹਮਣੇ ਵੇਖ ਲੈਂਦੇ ਨੇ ਅਤੇ ਉਹਨਾਂ ਦਾ ਰੋਮ ਰੋਮ ਖਿੜ ਜਾਂਦਾ ਅਤੇ ਉਹਨਾਂ ਦੇ ਮੁੱਖ 'ਚੋਂ ਉਦੋਂ ਜਾ ਕੇ ਉਹ ਕਿਤੇ ਨਿਕਲਦਾ ਭਈ ਧੰਨ ਸੋ ਵੇਲਾ ਜਿਤ ਦਰਸਨ ਕਰਨਾ, ਧੰਨ ਸੋ ਵੇਲਾ ਜਿਤ ਦਰਸਨ ਕਰਨਾ। ਸਤਿਗੁਰ ਚਰਨਾ ਹਉ ਬਲਿਹਾਰੀ, ਸਤਿਗੁਰ ਚਰਨਾ ਹਉ ਬਲਿਹਾਰੀ। ਜਿਹੜੇ ਇਸ ਤਰ੍ਹਾਂ ਚਾਅ ਨਾਲ ਆਉਂਦੇ ਨੇ ਉਹਨਾਂ ਦੇ ਉੱਤੇ ਫਿਰ ਕਿਰਪਾ ਕਰਨ ਵਾਲਾ ਮਾਲਕ ਕਿਰਪਾ ਕਰਦਾ।
ਅਤੇ ਆਉਣ ਵਾਲਿਆਂ ਦੀਆਂ ਵੀ ਅੱਗੇ ਦੋ ਤਰੀਕੇ ਨੇ, ਆਉਂਦੇ ਨੇ ਚਲੋ ਅਸੀਂ ਵੀ ਗ੍ਰਿਸਤੀ ਹਾਂ, ਅਸੀਂ ਵੀ ਧੀਆਂ ਪੁੱਤਾਂ ਵਾਲੇ ਹਾਂ, ਬੱਚਿਆਂ ਦੀਆਂ ਅਰਦਾਸਾਂ ਕਰਦੀਆਂ ਨੇ, ਕਰਨੀਆਂ ਪੈਂਦੀਆਂ ਨੇ। ਪਰ ਮਹਾਰਾਜ ਕਹਿੰਦੇ ਨੇ ਕਈ ਤਾਂ ਲੋਕ ਉਹ ਨੇ ਜਿਹੜੀਆਂ ਨਿਰੀਆਂ ਹੀ ਦੁਨੀਆਦਾਰੀ ਦੀਆਂ ਗੱਲਾਂ ਮੇਰੇ ਨਾਲ ਕਰਕੇ ਚੱਲ ਜਾਂਦੇ ਨੇ, ਅਤੇ ਮੇਰੇ ਲਾਗੇ ਖਜ਼ਾਨਾ ਭਰਿਆ ਹੁੰਦਾ, ਉਸ ਖਜ਼ਾਨੇ ਦੀ ਕੋਈ ਗੱਲ ਹੀ ਨਹੀਂ ਕਰਦਾ, ਅਤੇ ਉਹਦੇ ਵਿੱਚੋਂ ਕੋਈ ਕਿਣਕਾ ਵੀ ਨਹੀਂ ਲੈਂਦਾ। ਜਿਹੜੀ ਚੀਜ਼ ਲੈਣ ਵਾਲੀ ਆ ਉਹਦੇ ਵਿੱਚੋਂ ਕੋਈ ਕਿਣਕਾ ਵੀ ਨਹੀਂ ਲੈਂਦਾ। ਸਾਡੇ ਬਾਪੂ ਜੀ ਆਉਂਦੇ ਸੀ ਕਿ ਇੱਕ ਵਾਰੀ ਮਹਾਂਪੁਰਖ ਬੈਠੇ ਹੋਏ ਅਤੇ ਬੜੀ ਦੂਰ ਤੱਕ ਲਾਈਨਾਂ ਲੱਗੀਆਂ ਹੋਈਆਂ, ਅਤੇ ਉਹ ਆਪਣੇ ਗੜਬਈ ਨੂੰ ਪੁੱਛਦੇ ਆ ਨਿਸ਼ਾਰੇ ਵੀ ਸੰਗਤ ਕਿੰਨੀ ਕਿਆ, ਇਹ ਜਿਹੜੇ ਲੋਕ ਆਪੋ ਆਪਣੀਆਂ ਘਰਾਂ ਦੀਆਂ ਗੱਲਾਂ ਦੱਸਣ ਆਏ ਦੁੱਖ ਕਿੰਨੇ ਕੁ ਨੇ। ਉਹਦੇ ਜੀ ਬੜੀ ਸੰਗਤ ਆ। ਉਹਦੇ ਟਾਈਮ ਕਿੰਨਾ ਹੋਇਆ? ਕਹਿੰਦੇ ਜੀ 10 ਵਜੇ ਆ। ਕਹਿੰਦੇ 12 ਵਜੇ ਤੱਕ ਸਾਰਿਆਂ ਦੀਆਂ ਗੱਲਾਂ ਸੁਣਾਂਗੇ ਅਤੇ ਮੁੜ ਕੇ 12 ਵਜੇ ਤੋਂ ਬਾਅਦ ਬੱਸ ਕਰਦੇ ਵੀ ਸਵੇਰ ਦੇ ਬੈਠੇ ਹੋਏ ਆ। ਉਹ ਕਹਿੰਦੇ ਠੀਕ ਆ। ਹੁਣ ਅੰਮ੍ਰਿਤ ਵੇਲੇ ਦੇ ਬੈਠੇ ਹੋਏ ਆ, ਆਸਾ ਦੀ ਵਾਰ ਵੀ ਲੱਗੀ ਆ, 5 ਬਾਣੀਆਂ ਹੋਈਆਂ ਨੇ, ਸੁਖਮਨੀ ਸਾਹਿਬ ਜੀ ਦਾ ਪਾਠ ਹੋਇਆ ਵਾ, ਅੱਧੀ ਰਾਤ ਤੋਂ ਉੱਠ ਕੇ ਤੁਰੇ ਨੇ ਅਤੇ 10 ਵਜੇ ਥੱਕ ਗਏ ਅਤੇ 10 ਵਜੇ ਪੁੱਛਿਆ ਵੀ ਅਜੇ ਕਿੰਨੇ ਕਿੰਨੇ? ਕਹਿੰਦੇ ਵੀ ਅਜੇ ਪਤਾ ਨਹੀਂ ਕਿੰਨੇ ਕਿ। ਉਹ ਕਹਿੰਦੇ 12 ਵਜੇ ਤੱਕ ਬਾਹਾਂ। ਚਲੋ ਜੀ, 12 ਵਜੇ ਤੱਕ ਕੋਈ ਦੱਸੀ ਗਿਆ ਮੈਨੂੰ ਆਹ ਗੱਲ ਆ, ਮੈਨੂੰ ਆਹ ਮੁਸ਼ਕਲ ਪੈ ਗਈ, ਮੈਨੂੰ ਆਹ ਸੁਣੀ ਗਏ ਆਖੀ ਗਏ, ਮਿਹਰ ਹੋਊਗੀ ਮਿਹਰ ਹੋਊਗੀ। ਅਤੇ ਐਂ ਜਦੋਂ 12 ਵਜੇ ਅਤੇ ਉਹਨਾਂ ਨੂੰ ਫਿਰ ਪੁੱਛਦੇ ਆ ਗੋਪਾਲ ਸਿੰਘ ਜੀ ਕਿੰਨਾ ਟਾਈਮ ਹੋ ਗਿਆ? ਪਾਉਂਦੇ ਜੀ 12 ਵਜ ਗਏ। ਉਹਦੇ ਬੱਸ ਕਰੋ ਫਿਰ ਹੁਣ। ਪਾਉਂਦੇ ਜੀ ਸੰਗਤ ਬੜੀ ਰਹਿੰਦੀ ਆ। ਉਹ ਕਹਿੰਦੇ ਕੀ ਕਰੀਏ ਇਹਨਾਂ ਨੂੰ? ਸਰਾਣਾ ਲੈ ਕੇ ਲੰਮੇ ਪੈ ਗਏ। ਕਹਿੰਦੇ ਅੰਮ੍ਰਿਤ ਵੇਲੇ 12 ਵਜੇ ਦੇ ਤੁਰੇ ਹਾਂ ਅਤੇ ਦਰਗਾਹ ਵਿੱਚੋਂ ਜਿਹੜੀ ਪ੍ਰਾਪਤੀ ਹੋਈ ਸੀ ਨਾ, ਨਿਤਨੇਮ ਕਰਕੇ ਆਸਾ ਦੀ ਵਾਰ ਕੀਰਤਨ ਕਰਕੇ ਕਥਾ ਕਰਕੇ ਉਹ ਜਿਹੜੀ ਪ੍ਰਾਪਤੀ ਹੋਈ ਸੀ, ਉਹ ਭਾਂਡਾ ਲਾਗੇ ਪਿਆ ਸੀ, ਕਿਸੇ ਨੇ ਮੰਗਿਆ ਹੀ ਨਹੀਂ ਉਹਦੇ ਵਿੱਚੋਂ ਕੁਝ ਵੀ। ਦੁਨੀਆਂ ਦੀਆਂ ਗੱਲਾਂ ਕਰ ਕਰਾ ਕੇ ਲੋਕ ਗਏ ਆ, ਅਤੇ ਮੈਂ ਚਾਹੁੰਦਾ ਸਾਂ ਵੀ ਆ ਭਾਂਡਾ ਅਤੇ ਉਹ ਭਾਂਡਾ ਭਰਿਆ ਦਾ ਭਰਿਆ ਹੀ ਰਹਿ ਗਿਆ, ਕੀ ਕਰੀਏ ਲੋਕਾਂ ਦੀਆਂ ਗੱਲਾਂ? ਜਿਹੜੀ ਚੀਜ਼ ਚਾਹੁੰਦੇ ਸਾਂ ਵੰਡਣੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਇਹੋ ਹੀ ਆਖਿਆ ਕਿ ਜਨਮ ਮਰਨ ਦੂਹੇ ਮੈਂ ਨਾ ਹੀ ਜਨ ਪਰਿਓ ਪਕਾਰੀ ਆਏ। ਇਹ ਜਿਹੜੇ ਗੁਰਮੁਖ ਲੋਕ ਨੇ, ਜਿਹੜੇ ਜਨ ਲੋਕ ਨੇ, ਲੋਕਾਂ ਦਾ ਸਾਡਾ ਭਲਾ ਕਰਨ ਵਾਸਤੇ ਆਏ ਆ। ਆਪਣਾ ਤਾਂ ਉਹਨਾਂ ਦਾ ਕੰਮ ਕੋਈ ਨਹੀਂ ਹੁੰਦਾ, ਪਰ ਅਸੀਂ ਐਡੇ ਮਾੜੇ ਹਾਂ ਵੀ ਅਸੀਂ ਦੁਨੀਆਦਾਰੀ ਦੀਆਂ ਗੱਲਾਂ ਕਰ ਕੁਰ ਕੇ ਗਾਂਹ ਚੱਲ ਜਾਂਦੇ। ਜਿਹੜੀ ਮੈਂ ਸੰਗਤ ਦੀ ਗੱਲ ਕੀਤੀ ਵੀ ਧਨ ਨੇ ਜਿਹੜੇ ਆਉਂਦੇ ਨੇ, ਅਤੇ ਅੱਗੋਂ ਦੋ ਆਉਣ ਵਾਲਿਆਂ ਦੀਆਂ ਵੀ ਦੋ ਹਾਲਾਤਾਂ, ਇੱਕ ਤਾਂ ਦੁਨੀਆ ਦੀਆਂ ਗੱਲਾਂ ਕਰ ਜਾਂਦੇ ਨੇ, ਅਤੇ ਕੋਈ ਵਿਰਲਾ ਵਿਰਲਾ ਆਣ ਕੇ ਕਹਿੰਦਾ ਭਈ ਵਿਸਰਨਾ ਹੀ ਦਾਤਾ ਰੇ ਆਪਣਾ ਨਾਮ ਦੇਹੋ, ਵਿਸਰਨਾ ਹੀ ਦਾਤਾ ਰੇ ਆਪਣਾ ਨਾਮ ਦੇਹੋ, ਵਿਸਰਨਾ ਹੀ। ਕਿਸੇ ਕਿਸੇ ਨੂੰ ਮੰਗਣ ਦੀ ਜਾਚ ਆਈ ਆ, ਔਰ ਉਹਨਾਂ ਦੇ ਉੱਤੇ ਫਿਰ ਬੜੀ ਕਿਰਪਾ ਵਰਸਦੀ ਆ, ਬਹੁਤ ਕਿਰਪਾ ਦਾ ਮੀਂਹ ਪੈਂਦਾ। ਉੱਦਾਂ ਜਿਹੜੀਆਂ ਗੱਲਾਂ ਧੀਆਂ ਪੁੱਤਾਂ ਦੀਆਂ, ਉਹ ਵੀ ਅਸੀਂ ਇੱਥੋਂ ਹੀ ਮੰਗਣੀਆਂ, ਪਰ ਕੋਈ ਤਰੀਕਾ ਹੁੰਦਾ ਗੱਲ ਕਰਨ ਦਾ, ਕਿਸੇ ਵੇਲੇ ਉਹ ਗੱਲ ਕਰਕੇ ਅਤੇ ਫਿਰ ਉਹਨਾਂ ਚੀਜ਼ਾਂ ਨੂੰ ਲਾਂਭੇ ਕਰਕੇ, ਅਤੇ ਫਿਰ ਜਿਹੜਾ ਅਸਲੀ ਚੀਜ਼ ਨਾਲ ਸਾਡਾ ਵੀ ਅਤੇ ਸਾਡੇ ਧੀਆਂ ਪੁੱਤਾਂ ਦਾ ਵੀ ਭਲਾ ਹੋਣਾ, ਉਹ ਵੀ ਮੰਗਣੀ ਚਾਹੀਦੀ ਹੈ।
ਔਰ ਜਿਹੜੇ ਇੱਦਾਂ ਗੱਲ ਕਰਦੇ ਉਹਨਾਂ 'ਤੇ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ ਹਨ। ਧੰਨ ਨੇ ਉਹ ਗੁਰੂ ਕਾ ਸਿੱਖ ਜਿਹਨੇ ਦੁਨੀਆਦਾਰੀ ਨੂੰ ਇੱਕ ਪਾਸੇ ਕਰਕੇ ਅਤੇ ਅਡੋਲ ਅਵਸਥਾ ਵਿੱਚ ਟਿਕ ਕੇ ਵਾਹਿਗੁਰੂ ਜੀ ਦੇ ਗੁਣ ਗਾਏ, ਗੁਰੂ ਜੀ ਦੀਆਂ ਸਿਫਤਾਂ ਕੀਤੀਆਂ, ਜਿਸ ਸਿਫਤਾਂ ਦੇ ਕਰਕੇ ਉਹਦੇ ਵੀ ਸਾਰੇ ਪਾਪ ਗੁਨਾਹ ਕੱਟੇ ਗਏ ਅਤੇ ਉਹਦੇ ਧੀਆਂ ਪੁੱਤ ਵੀ ਬਖਸ਼ੇ ਗਏ। ਕਿਉਂਕਿ ਜਿੱਥੇ ਜਿੱਥੇ ਬਹਿ ਕੇ ਕੋਈ ਨਾਮ ਜਪਦਾ, ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਸ਼ਹਿਰ ਵਿੱਚ ਕੋਈ ਇੱਕ ਨਾਮ ਜਪਣ ਵਾਲਾ ਹੋਵੇ, ਨਾਮ ਦੀ ਏਡੀ ਉਪਮਾ ਵਾ, ਇੱਕ ਪਿੰਡ ਵਿੱਚ ਕੋਈ ਇੱਕ ਨਾਮ ਜਪਣ ਵਾਲਾ ਬੈਠਾ ਹੋਵੇ, ਜਪਦਾ ਢੰਗ ਨਾਲ ਹੋਵੇ, ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਇਕੱਲਾ ਨਹੀਂ ਬਖਸ਼ਿਆ ਜਾਊਗਾ, ਸਾਰਾ ਸ਼ਹਿਰ ਹੀ ਬਖਸ਼ਿਆ ਜਾਊਗਾ, ਸਾਰਾ ਪਿੰਡ ਹੀ ਬਖਸ਼ਿਆ ਜਾਊਗਾ। ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ ਬੈਠੇ ਹੋਏ ਨੇ, ਉਹਨਾਂ ਨੂੰ ਪਤਾ ਹੀ ਆ, ਬਾਣੀ ਵਿੱਚ ਲਿਖਿਆ ਨਹੀਂ ਕਬੀਰ ਸਾਹਿਬ ਜੀ ਨੇ ਵੀ ਪਵਿੱਤਰ ਹੋਏ ਗੋ ਗ੍ਰਾਮ, ਜਿੱਥੇ ਉਹ ਬੈਠਾ ਹੋਇਆ ਸਾਰਾ ਗ੍ਰਾਮ ਹੀ ਪਵਿੱਤਰ ਹੋ ਜਾਏਗਾ ਸਾਰਿਆਂ ਦੇ ਹਿਰਦੇ 'ਚ। ਉਹ ਜਿਹੜਾ ਭਾਈ ਗੁਰਦਾਸ ਜੀ ਦੀ ਤੁਸੀਂ ਪੌੜੀ ਪੜ੍ਹਦੇ ਸੁਣਦੇ ਹੋ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਅਤੇ ਉਸ ਬਾਬੇ ਨੇ ਕੀਤਾ ਕਿ ਦਿੱਤੀ ਬਾਂਗ ਨਮਾਜ਼ ਕਰ, ਸੁਣ ਸਮਾਨ ਹੋਵਾ ਜਹਾਨਾ। ਉਹ ਸੁਣ ਕਾਹਦੀ ਪੈ ਗਈ, ਜਦੋਂ ਬਾਬੇ ਨੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਤਾਂ ਉਹ ਤੋਂ ਬਾਅਦ ਕੀਰਤਨ ਹੋਇਆ, ਅਤੇ ਬਾਂਗ ਕਾਹਦੀ ਦਿੱਤੀ, ਬਾਂਗ ਦਿੱਤੀ ਜਦੋਂ ਬਾਬੇ ਨੇ ਸਾਰੀ ਸਮਾਪਤੀ ਫਤਿਹ ਕਰਕੇ ਜਿੱਦਾਂ ਹੁਣ ਜੈਕਾਰਾ ਬੁਲਾਈ ਦਾ, ਉਦੋਂ ਬਾਬੇ ਨੇ ਆਖਿਆ ਸਤ ਕਰਤਾ, ਜਦੋਂ ਉੱਚੀ ਆਵਾਜ਼ ਵਿੱਚ ਆਖਿਆ ਸਤ ਕਰਤਾਰ, ਉਹ ਆਵਾਜ਼ ਇੰਨੀ ਪਵਿੱਤਰ ਸੀ, ਉਸ ਬਗਦਾਦ ਸ਼ਹਿਰ ਦੇ ਜਿਹੜੇ ਜਿਹੜੇ ਬਾਬੇ ਦਾ ਕੀਰਤਨ ਸੁਣਨ ਆਏ ਸਾਰਿਆਂ ਦੇ ਹਿਰਦੇ ਨਿਰਮਲ ਹੋ ਗਏ, ਸਾਰਿਆਂ ਦੇ ਅੰਦਰੋਂ ਦੁਨੀਆਦਾਰੀ ਦੀਆਂ ਗੱਲਾਂ ਨਿਕਲ ਗਈਆਂ ਅਤੇ ਅੰਦਰ ਸੁੰਨ ਪੈ ਗਈ। ਸੁੰਨ ਦਾ ਮਤਲਬ ਹੁੰਦਾ ਵੀ ਜਿਹੜੇ ਘਰ ਵਿੱਚ ਕੋਈ ਰਹਿੰਦਾ ਨਾ ਹੋਵੇ, ਲੋਕ ਕਹਿੰਦੇ ਇੱਥੇ ਸੁੰਨ ਪੈ ਗਈ ਆ, ਜਿਸ ਹਿਰਦੇ ਵਿੱਚ ਦੁਨੀਆਦਾਰੀ ਦੀਆਂ ਗੱਲਾਂ ਨਿਕਲੀ ਗਈਆਂ ਅਤੇ ਉੱਥੇ ਸੁੰਨ ਪੈ ਗਈ, ਅਤੇ ਉੱਥੇ ਫਿਰ ਕੀ ਹੋਇਆ, ਗੁਰ ਸ਼ਬਦੀ ਗੋਬਿੰਦ ਗੱਜਿਆ, ਉੱਥੇ ਫਿਰ ਅੰਦਰ ਨਾਮ ਗੱਜਦਾ ਗੁਰਮੁਖਾਂ ਦੇ, ਜਿਨ੍ਹਾਂ ਦੇ ਅੰਦਰ ਦੁਨੀਆਦਾਰੀ ਦੀ ਕੋਈ ਗੱਲ ਨਹੀਂ ਹੁੰਦੀ। ਮਹਾਰਾਜ ਕਹਿੰਦੇ ਸਹਿਜੇ ਗੁਣ ਗਾਵੈ ਦਿਨ ਰਾਤੀ, ਕਿਲ ਬਿਖ ਸਭ ਗਵਾਏ, ਜਿਹੜਾ ਸਹਿਜ ਵਿੱਚ ਟਿਕ ਕੇ ਜਪ ਰਿਹਾ ਉਹਦੇ ਸਭ ਪਾਪ ਖਤਮ ਹੋ ਜਾਂਦੇ ਹਨ। ਇਸ ਕਰਕੇ ਜਪਦੇ ਹਾਂ, ਅਰਦਾਸ ਵੀ ਕਰੀਏ ਵੀ ਮਹਾਰਾਜ ਜੀ ਸਾਰੇ ਜੀ ਤੁਹਾਡੇ ਨੇ, ਤੁਸੀਂ ਇਹਨਾਂ ਦੇ ਮਾਲਕ ਜੇ, ਕਿਰਪਾ ਕਰਿਓ, ਮੈਂ ਤੁਹਾਡੇ ਚਰਨਾਂ ਦਾ ਸੇਵਾਦਾਰ ਬਣਿਆ ਰਹਾਂ ਅਤੇ ਤੁਸੀਂ ਮੇਰੇ ਖਸਮ ਬਣੇ ਰਹੋ, ਤੁਸੀਂ ਮੇਰੇ ਮਾਲਕ ਬਣੇ ਰਹੋ ਜੀ। ਇਸ ਢੰਗ ਨਾਲ ਇਸ ਯੁੱਗ ਵਿੱਚ ਭਲਾ ਹੋ ਸਕਦਾ ਜੇ, ਨਹੀਂ ਤਾਂ ਹੋਰ ਕੋਈ ਤਰੀਕਾ ਨਹੀਂ ਹੈਗਾ ਸੁੱਖ ਲੈਣ ਦਾ। ਜਿਨ੍ਹਾਂ ਨੇ ਇੱਦਾਂ ਸਿਦਕ ਨਾਲ ਜਪਿਆ, ਇੱਕ ਦਿਨ ਸੱਜਣ ਵਾਹਿਗੁਰੂ ਜੀ ਉਹਨਾਂ ਦੇ ਘਰ ਵਿੱਚ ਚੌਂਕੜਾ ਮਾਰ ਕੇ, ਹਿਰਦੇ ਵਿੱਚ ਚੌਂਕੜਾ ਮਾਰ ਕੇ ਬਹਿ ਜਾਂਦੇ ਹਨ, ਅੰਦਰ ਵਸੇ ਹੋਏ ਦੇ ਕਰਕੇ ਉਹ ਇੰਨਾ ਨਾਮ ਜਪਦਾ ਫਿਰ ਗੁਰਮੁਖ ਕਿ ਅੰਦਰੋਂ ਰੱਜ ਜਾਂਦਾ ਹੈ, ਮੁੜ ਕੇ ਦੁਨਿਆਵੀ ਫੁਰਨੇ ਨਹੀਂ ਰਹਿ ਜਾਂਦੇ, ਫਿਰ ਤਾਂ ਨਾਮ ਹੀ ਨਾਮ ਪ੍ਰਬਲ ਚੱਲਦਾ ਹੈ। ਮਹਾਰਾਜ ਜੀ ਜਪਜੀ ਸਾਹਿਬ ਵਿੱਚ ਆਖਿਆ ਤਿੱਥੈ ਜੋਧ ਮਹਾਂਬਲ ਸੂਰ, ਉਹ ਅਵਸਥਾ ਇੱਦਾਂ ਦੀ ਹੁੰਦੀ ਜਿੱਦਾਂ ਜੋਧਿਆਂ ਸੂਰਮਿਆਂ ਵਰਗੀ, ਜਿਹੜਾ ਸੂਰਮਾ ਕਹਿੰਦਾ ਵੀ ਜਾਂ ਸਿਰ ਲਵਾ ਦੇਣਾ ਵਾ ਅਤੇ ਜਾਂ ਸਾਹਮਣੇ ਦਾ ਲਾਹ ਦੇਣਾ ਵਾ, ਉਹਨੂੰ ਘਰ ਧੀਆਂ ਪੁੱਤ ਪਰਿਵਾਰ ਉਸ ਵੇਲੇ ਭੁੱਲਿਆ ਹੁੰਦਾ। ਮਹਾਰਾਜ ਕਹਿੰਦੇ ਨੇ ਜਿਹੜੀ ਪਰਮ ਅਵਸਥਾ ਪ੍ਰਾਪਤ ਹੁੰਦੀ ਹੈ ਨਾ, ਉੱਥੇ ਦੁਨੀਆਦਾਰੀ ਦਾ ਕੋਈ ਮਤਲਬ ਨਹੀਂ, ਉੱਥੇ ਨਾਮ ਹੀ ਨਾਮ ਰਹਿ ਜਾਂਦਾ, ਉੱਥੇ ਸਿਫਤ ਹੀ ਸਿਫਤ ਰਹਿ ਜਾਂਦੀ ਹੈ ਜੀ।
ਦੁੱਖ ਨਾ ਲਾਗੈ ਆਏ। ਐਸਾ ਗੁਰਮੁਖ ਨਾਮ ਜਪ ਜਪ ਕੇ ਏਦਾਂ ਦਾ ਰੱਜ ਜਾਂਦਾ ਵੀ ਮੁੜ ਕੇ ਦੁਨੀਆਦਾਰੀ ਦੀ ਭੁੱਖ ਤਾਂ ਲੱਗਦੀ ਨਹੀਂ। ਭੁੱਖ ਤੋਂ ਭਾਵ ਫਿਰ ਨਹੀਂ ਉਹ ਕਹਿੰਦਾ ਵੀ ਮਹਾਰਾਜ ਜੀ ਦਾਣੇ ਬਹੁਤੇ ਨਿਕਲਣ, ਫਿਰ ਨਹੀਂ ਉਹ ਕਹਿੰਦਾ ਵੀ ਮੇਰੀ ਤਨਖਾਹ ਵਧਾ ਦੇ, ਅਤੇ ਫਿਰ ਨਹੀਂ ਉਹ ਕਹਿੰਦਾ ਵੀ ਮੈਨੂੰ ਆਹ ਵੀ ਦੇ ਦੇ ਆਹ ਵੀ ਦੇ ਦੇ। ਉਹ ਕਹਿੰਦਾ ਬਸ ਇੱਕ ਕਿਰਪਾ ਕਰੀ, ਆਹ ਜਿਹੜੀ ਹੁਣ ਲਿਵ ਲੱਗ ਗਈ ਆ ਇਹ ਟੁੱਟਣੀ ਨਹੀਂ ਚਾਹੀਦੀ। ਪ੍ਰਭ ਡੋਰੀ ਹੱਥ ਤੁਮਾਰੇ, ਇਹ ਹੁਣ ਡੋਰ ਨੂੰ ਖਿੱਚ ਕੇ ਰੱਖਿਓ। ਜੋ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਣੀ। ਹੁਣ ਸਾਡੀ ਤਣੀ ਇੱਦਾਂ ਦੀ ਖਿੱਚ ਕੇ ਰੱਖੀ ਵੀ ਅਸੀਂ ਛੜਾ ਵੀ ਛੜਾਉਣ ਦਾ ਯਤਨ ਕਰੀਏ ਅਤੇ ਛੁੱਟੇ ਨਾ, ਅਸੀਂ ਤੜਾਉਣ ਦਾ ਯਤਨ ਕਰੀਏ ਅਤੇ ਟੁੱਟੇ ਨਾ। ਹੁਣ ਇੱਦਾਂ ਦੀ ਕਿਰਪਾ ਕਰਕੇ ਰੱਖਿਓ ਜੀ। ਫਿਰ ਇੱਦਾਂ ਦਾ ਬੰਦਗੀ ਵਿੱਚ ਪੱਕਾ ਜਿਹੜਾ ਗੁਰਮੁਖ ਆ ਮਾਰੇ ਕਹਿੰਦੇ ਨੇ, ਜਿੰਨਾ ਰਾਹਾਂ ਥਾਣੀ ਲੰਘ ਜਾਏਗਾ ਲੋਕ ਉਹਦੇ ਚਰਨਾਂ ਦੀ ਪੂਜਾ ਕਰਨਗੇ। ਅਜੇ ਤਾਂ ਲੋਕ ਕਹਿੰਦੇ ਨੇ ਜੀ ਮੇਰੇ ਫਲਾਣੀ ਨਿੰਦਿਆ ਕਰਦਾ ਮੇਰਾ ਢਿੰਗੜਾ, ਉਹ ਤਾਂ ਕਰਕੇ ਬਦਨਾਮੀ ਨਿੰਦਿਆ ਹੁੰਦੀ ਆ ਵੀ ਤੇਰੀ ਬੰਦਗੀ ਨਹੀਂ। ਜਿਨ੍ਹਾਂ ਦੀ ਬੰਦਗੀ ਆ ਉਹਨਾਂ ਬਾਰੇ ਗੁਰੂ ਸਾਹਿਬ ਜੀ ਨੇ ਲਿਖਿਆ, ਤਿਸ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ। ਤੈਨੂੰ ਨਾਮ ਨਹੀਂ ਪਿਆਰਾ ਤਾਂ ਤੇਰੀ ਨਿੰਦਿਆ ਹੋ ਰਹੀ ਆ। ਜਿਨ੍ਹਾਂ ਨੇ ਬੰਦਗੀ ਕੀਤੀ ਉਹ ਲੰਘ ਜਾਂਦੇ ਨੇ, ਅਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਲੋਕ ਗਲੀਆਂ ਵਿੱਚ ਉਹਨਾਂ ਦੇ ਚਰਨਾਂ ਦੀ ਧੂੜ ਚੁੱਕ ਚੁੱਕ ਕੇ ਮੱਥੇ ਨੂੰ ਲਾਉਂਦੇ। ਜਿਨ੍ਹਾਂ ਭਾਂਡਿਆਂ ਵਿੱਚ ਉਹ ਛੱਕ ਲੈਂਦੇ ਨੇ, ਲੋਕ ਤਰਲੇ ਮਾਰਦੇ ਫਿਰਦੇ ਆ ਵੀ ਇਹਨਾਂ ਦੇ ਭਾਂਡੇ ਇਹੋ ਹੀ ਫੜੋ, ਕਿਤੇ ਧੋ ਕੇ ਜਲ ਛੱਕ ਲਓ, ਕਿਤੇ ਕੋਈ ਗੱਲ ਹੋਵੇ, ਕਿਤੇ ਸਾਡੇ ਅੰਦਰ ਵੀ ਕੋਈ ਰਸ ਪੈਦਾ ਹੋਵੇ। ਮੈਨੂੰ ਪਤਾ ਵਾ ਤਰਕ ਵਾਲੇ ਲੋਕ ਬੜੇ ਆ, ਉਹ ਤਰਕ ਵਾਲੇ ਝੂਠ 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 ਝੂਠ, ਜਿਨ੍ਹਾਂ ਦੇ ਅੰਦਰ ਝੂਠ ਵੜੀ ਆ ਉਹਨਾਂ ਨੂੰ ਝੂਠ ਹੀ ਦੇਖਦੀ ਆ, ਅਤੇ ਜਿਨ੍ਹਾਂ ਦੇ ਅੰਦਰ ਪਵਿੱਤਰ ਹੋ ਗਏ ਉਹਨਾਂ ਨੂੰ ਪਵਿੱਤਰਤਾ ਦੇਖਦੀ ਆ। ਗੱਲ ਆਪਣੀ ਆ ਵੀ ਅੱਖਾਂ ਦੇ ਉੱਤੇ ਚਿੱਟੀ ਐਨਕ ਲੱਗੀ ਆ ਕਿ ਕਾਲੀ ਐਨਕ ਲੱਗੀ ਆ। ਮਹਾਰਾਜ ਕਹਿੰਦੇ ਬੰਦਗੀ ਵਾਲਾ ਤਾਂ ਜਿੱਦਣ ਨੂੰ ਲੰਘ ਜੇ ਸੁੱਕੇ ਕੱਖ ਹਰੇ ਕਰੀ ਜਾਂਦਾ, ਲੋਕ ਉਹਦੀ ਸੋਭਾ ਕਰਦੇ ਪੂਜਾ ਕਰਦੇ ਹਨ। ਮਹਾਰਾਜ ਕਹਿੰਦੇ ਨੇ ਇਹ ਗੱਲ ਬਿਲਕੁਲ ਠੀਕ ਆ, ਉਹ ਆਪ ਫਿਰ ਫੈਸਲਾ ਕਰਦਾ ਇਹਨਾਂ ਜੀਆਂ ਦੇ ਕਰਮਾਂ ਦਾ। ਕਈਆਂ ਨੂੰ ਆਪਣੇ ਨਾਲੋਂ ਵਿਛੋੜ ਦਿੰਦਾ ਵੀ ਚਲੋ 84 ਲੱਖ ਜੂਨਾਂ ਦੇ ਵਿੱਚ ਭਟਕਦੇ ਫਿਰੋ, ਅਤੇ ਕਈਆਂ ਨੂੰ ਕਿਰਪਾ ਕਰਕੇ ਆਪਣੇ ਨਾਲ ਜੋੜ ਲੈਂਦਾ ਹੈ। ਕਿੰਨਾ ਨੂੰ ਵਿਛੋੜਦਾ ਅਤੇ ਕਿੰਨਾ ਨੂੰ ਮਿਲਾਉਂਦਾ। ਮਹਾਰਾਜ ਕਹਿੰਦੇ ਨੇ ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਮਨ ਦੀ ਮਰਜ਼ੀ ਕਰਨ ਵਾਲੇ ਧੱਕ ਕੇ ਉਹਨੇ ਬਾਹਰ ਕੱਢ ਦਿੱਤੇ ਵੀ ਚਲੋ ਤੁਹਾਡਾ ਮੇਰੇ ਘਰ ਵਿੱਚ ਕੋਈ ਕੰਮ ਨਹੀਂ। ਅਤੇ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਕੀ ਰਹਿਤ ਰੱਖ ਕੇ ਬੰਦਗੀ ਕੀਤੀ ਉਹਨਾਂ ਨੂੰ ਐਸੀ ਘੁੱਟ ਕੇ ਗਲ ਵੱਖੜੀ ਪਾਈ ਵੀ ਉਹ ਛਡਾਉਣੀ ਵੀ ਚਾਹੁਣ ਅਤੇ ਮਾਰੇ ਮੁੜ ਕੇ ਛੱਡਦੇ ਨਹੀਂ। ਭਾਵ ਕਿ ਕਦੀ ਵੀ ਉਹਨਾਂ ਦਾ ਮਨ ਦੁਨੀਆਦਾਰ ਵਾਲੇ ਪਾਸੇ ਨਹੀਂ ਜਾਂਦਾ। ਇਹ ਬਖਸ਼ਿਸ਼ ਕਦੋਂ ਹੁੰਦੀ ਆ? ਸੁੱਖ ਸੋਹੇ ਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ। ਮਹਾਰਾਜ ਜੀ ਕਹਿੰਦੇ ਨੇ ਜਿਹੜਾ ਇੱਥੇ ਸਿਫਤ ਕਰੇਗਾ ਸੁਣੇਗਾ ਉਹਨੂੰ ਸੁੱਖ ਮਿਲੇਗਾ। ਗੁਰੂ ਸਾਹਿਬ ਕਿਰਪਾ ਕਰਨ, ਸਮਾਂ ਥੋੜ੍ਹਾ ਜਿਹਾ ਉੱਤੇ ਹੋ ਗਿਆ, ਮਾਫ਼ੀ ਚਾਹਾਂਗੇ, ਭੁੱਲਾਂ ਦੀ ਖਿਮਾ। ਮਹਾਰਾਜ ਸਾਹਿਬ ਦੀ ਹਾਜ਼ਰੀ ਪ੍ਰਵਾਨ ਹਨ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ
ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕੀ ਫਤਿਹ।